पढ़ रहे थे शब्द राम जपो जी ऐसे कैसे रूप रहे लाल छोटे छोटे बच्चियां ने जिन्हें जपिया सानू कह रहे ना उन्हें जपो उन्होंने जिन्हें जपिया उन्होंने भक्ति ते साड़ी भक्ति केड़ा फर्क है उन्होंने जपिया छोटी उम्र जपिया उन्होंने नाम लिखा गया फिर ये क्या जा रहे हो ना नाम जपो असि इन्ने वड्डे हो गए 50 साल 60 साल 40 साल दे सानू हले तक जपना नहीं आया किवें जपिया जी उन्होंने किने जपिया भोले पा होर जी ठीक है रवि ठीक है होर जी होर किवें जपिया ਕਿਵੇਂ ਕਰਨਾ ਸਾਧ ਸੰਗਤ ਜੀ ਅਸੀਂ ਭਗਤੀ ਕਰਦੇ ਹਾਂ ਤੇ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਭਾਏ ਭਗਤ ਕਰਨ ਨੂੰ ਭਾਏ ਭਗਤ ਕੀ ਹੁੰਦਾ ਹੈ ਪ੍ਰੇਮ ਵਾਲੀ ਭਗਤੀ ਭਾਈ ਉਹ ਕਿਹੜੀ ਹੁੰਦੀ ਹੈ ਜਿੱਤ ਲਾ ਕੇ ਕਰੀਏ ਪ੍ਰੇਮ ਵਾਲੀ ਭਗਤੀ ਹੈ ਕਿ ਹਿਰਦੇ ਵਿੱਚੋਂ ਖਿੱਚ ਪਵੇ ਪ੍ਰੇਮ ਵਾਲੀ ਭਗਤੀ ਹੈ ਕਿ ਗੁਰੂ ਦਾ ਨਾਮ ਯਾਦ ਆਉਂਦੇ ਹੀ ਖੇੜਾ ਆ ਜਾਵੇ ਪੜ੍ਹਿਓ ਰੇਲ ਗੱਡੀ ਦੀ ਹਵਾਈ ਜਹਾਜ਼ ਦੀ ਟਿਕਟ ਉਹਦੇ ਪੂਰੇ ਡਿਟੇਲਸ ਬੋਲ ਕੇ ਪੜ੍ਹਿਓ ਗਲਤੀ ਨਹੀਂ ਹੋਈ ਮਨ ਵਿੱਚ ਪੜ੍ਹ ਜਾਈਏ ਗਲਤੀ ਹੋ ਜਾਂਦੀ ਸੋ ਜਦੋਂ ਬਾਣੀ ਪੜ੍ਹੀਏ ਬੋਲ ਕੇ ਪੜ੍ਹੀਏ ਦੂਸਰਾ ਢੰਗ ਰੁਕ ਰੁਕ ਕੇ ਕਿਹੜਾ ਢੰਗ ਜੀ ਤੁਸੀਂ ਬੋਲੀ ਕਿੱਥੇ ਲਿਖਿਆ ਰੁਕ ਰੁਕ ਕੇ ਕਿਤੇ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਰੁਕ ਰੁਕ ਕੇ ਪੜ੍ਹੋ ਰਹਾਓ ਹਾਂ ਰਹਾਓ ਦਾ ਮਤਲਬ ਰੁਕ ਜਾਓ ਹੋਰ ਜੀ ਬੜੀ ਕਮਾਲ ਲਈ ਤੇ ਗਰਮੀ ਦੀ ਛੁੱਟੀਆਂ ਦੀ ਗਰਮੀ ਨਹੀਂ ਲੱਗੀ ਗੁਰਮਤ ਦੇ ਕੈਂਪ ਲੱਗੇ ਬੜੇ ਕੈਂਪ ਲੱਗੇ ਇਸ ਸਾਲ ਮੈਂ ਕਿਹਾ ਜੀ ਪਹਿਲਾਂ ਗਰਮੀ ਦੀ ਛੁੱਟੀਆਂ ਗਰਮੀ ਲੱਗਦੀ ਹੁੰਦੀ ਸੀ ਹੁਣ ਗਰਮੀ ਦੀ ਛੁੱਟੀਆਂ ਕੈਂਪ ਲੱਗਣੇ ਸ਼ੁਰੂ ਹੋਏ ਇੱਕ ਕੈਂਪ ਦੇ ਛੋਟੀ ਜਿਹੀ ਬੱਚੀ ਨੇ ਕਿਹਾ ਅੰਕਲ ਦੋ ਡੰਡੀਆਂ ਦਾ ਮਤਲਬ ਹੈ ਰੁਕੋ ਰੁਕੋ ਕੋਈ ਗੱਲ ਜਿਵੇਂ ਬਾਰ ਬਾਰ ਕਹਿਣੀ ਹੁੰਦੀ ਸਤਿ ਸੰਗਤ ਜੀ ਮੈਂ ਕੋਈ ਪ੍ਰਮਾਣ ਪੜ੍ਹਾਂ ਉਹਦੇ 'ਚ ਕੋਈ ਸ਼ਬਦ ਖਾ ਜਾਵਾਂ ਬੋਲਾਂ ਹੀ ਨਾ ਗਾਵੇ ਕੋ ਤਾਣ ਹੋਵੇ ਤਾਣ ਕੀ ਨਹੀਂ ਬੋਲਿਆ ਮੈਂ ਤੁਸੀਂ ਨਾਰਾਜ਼ ਹੋ ਗਏ ਵੀ ਕਿਸੇ ਕਿਉਂ ਨਹੀਂ ਬੋਲਿਆ ਦੂਰੀ ਬਾਣੀ ਪੜ੍ਹਦੇ ਹੋ ਡਾਂਟ ਪਏਗੀ ਮੈਨੂੰ ਲੱਗਦਾ ਜੇ ਅਸੀਂ ਦੋ ਲਾਈਨਾਂ ਵੀ ਪੜ੍ਹਦੇ ਨਾ ਤਾਂ ਵੀ ਅਸੀਂ ਤੰਦਰੀ ਬਾਣੀ ਪੜ੍ਹਦੇ ਉਹ ਬਾਣੀ ਲਾਈਨਾਂ ਪੜ੍ਹਨੀਆਂ ਇੰਨੀਆਂ ਜ਼ਰੂਰੀ ਨੇ ਤੇ ਕਿਵੇਂ ਪੜ੍ਹਨੀਆਂ ਦੋ ਲਾਈਨਾਂ ਜਦੋਂ ਦੋ ਲਾਈਨਾਂ ਆ ਜਾਣ ਅਸੀਂ ਰੁਕ ਜਾਏ ਜਿਹੜੇ ਸੋਚਦੇ ਨੇ ਵੀ ਇੰਨਾ ਸਮਾਂ ਹੋ ਗਿਆ ਸਾਨੂੰ ਪਾਠ ਕਰਦੇ ਆ ਜੀਵਨ ਨਹੀਂ ਬਦਲ ਰਿਹਾ ਉਹ ਜ਼ਰੂਰ ਧਿਆਨ ਕਰਨ ਜਦੋਂ ਦੋ ਲਾਈਨਾਂ ਤੇ ਰੁਕਣ ਦਾ ਅਭਿਆਸ ਕਰਾਂਗੇ ਤਾਂ ਹੀ ਪੂਰੀ ਬਾਣੀ ਪੜੀ ਜਾਏਗੀ ਤੇ ਤਾਂ ਹੀ ਬਾਣੀ ਸਮਝ ਆਏਗੀ ਰੁਕਣਾ ਕਾਹਦੇ ਵਾਸਤੇ ਸਾਰੇ ਵਾਸਤੇ ਰੁਕਣਾ ਸਾਰੀ ਲੈ ਲਓ ਕੋਈ ਗੱਲ ਨਹੀਂ ਪਰ ਰੁਕਣਾ ਤਾਂ ਹੈ ਕਿ ਅਸੀਂ ਸਮਝ ਸਕੀਏ ਸੋ ਬਾਣੀ ਪੜਨ ਦਾ ਤੀਸਰਾ ਢੰਗ ਸਮਝ ਸਮਝ ਕਿਹੜਾ ਢੰਗ ਸੀ ਪਹਿਲਾ ਕਿਹੜਾ ਸੀ ਦੂਸਰਾ ਤੀਸਰਾ ਸਮਝ ਸਮਝ ਸਤਿ ਜੀ ਕਮਾਲ ਹੋ ਗਈ 2002 ਤੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸਹਿਜ ਪਾਠ ਦੀ ਲਹਿਰ ਚੱਲੀ ਪੰਜਾਬ ਦੇ ਵਿੱਚ 2004 ਵਿੱਚ ਗੁਰੂ ਗ੍ਰੰਥ ਸਾਹਿਬ ਦਾ 400 ਸਾਲ ਦਾ ਪਰਵ ਸੀ ਉਹਦੇ ਸੰਬੰਧ ਵਿੱਚ ਇਹ ਲਹਿਰ ਚੱਲੀ ਬੜੇ ਹੁਣ ਤੱਕ ਇਹ ਲਹਿਰ ਚੱਲ ਰਹੀ ਹੈ ਤੇ ਮੈਂ ਦੇਖ ਰਿਹਾ ਆਮ 8ਵੀਂ 10ਵੀਂ ਪੜ੍ਹਦਾ ਬੱਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਲਗਭਗ 80% ਬਾਣੀ ਦੇ ਅਰਥ ਬੱਚੇ ਠੀਕ ਕਰ ਸਕਦੇ ਜੇ ਥੋੜਾ ਜਿਹਾ ਧਿਆਨ ਦਿੱਤਾ ਜਾਵੇ
ਕੁਝ ਸ਼ਬਦ ਸਾਡੀ ਬੋਲੀ ਚੋਂ ਨਿਕਲ ਗਏ ਉਹ ਸਾਨੂੰ ਉਹਦੇ ਲਈ ਦੇਖਣੀ ਪੈਂਦੀ ਹੈ ਡਿਕਸ਼ਨਰੀ ਅਸੀਂ ਬਾਕੀ ਬਾਣੀ ਜੇ ਆਰਾਮ ਨਾਲ ਪੜ੍ਹੀਏ ਤੇ ਸਾਨੂੰ ਸਮਝ ਆਉਂਦੀ ਹੈ ਸਿਰਫ ਲੋੜ ਸਮਝਣ ਦੀ ਕੋਸ਼ਿਸ਼ ਕਰੀ ਅਸਲ ਵਿੱਚ ਅਸੀਂ ਬਾਣੀ ਆਪਣੇ ਦੋ ਕੰਨਾਂ ਨਾਲ ਸੁਣਦੇ ਹਾਂ ਸਾਰੇ ਕੰਨਾਂ ਨਾਲ ਨਹੀਂ ਸੁਣਦੇ ਕਿੰਨੇ ਕੰਨ ਹੁੰਦੇ ਜੀ ਆਪਣੇ ਦੋ ਨਹੀਂ ਨਹੀਂ ਜ਼ਿਆਦਾ ਹੁੰਦੇ ਨੇ ਕਿੰਨੇ ਹੁੰਦੇ ਕੰਨ ਕਿੰਨੇ ਹੁੰਦੇ ਜੀ ਦੱਸੋ ਜੀ ਕੰਨ ਦੋ ਤੋਂ ਜ਼ਿਆਦਾ ਨੇ ਜਦੋਂ ਕਿੰਨੇ ਨੇ ਤਿੰਨ ਕੇ ਚਾਰ ਆਪਾਂ ਆਮ ਨਹੀਂ ਕਹਿੰਦੇ ਉਹ ਚੁਕੰਨਾ ਹੋ ਗਿਆ ਹਿੰਦੀ ਸ਼ਬਦ ਹੋਇਆ ਚੁਕੰਨਾ ਹੋ ਗਿਆ ਪੰਜਾਬੀ ਵੀ ਬੋਲਦੇ ਆ ਚੁਕੰਨਾ ਮਤਲਬ ਚਾਰ ਕੰਨਾਂ ਵਾਲਾ ਹੋ ਗਿਆ ਚਾਰ ਕੰਨ ਦੀ ਦੋ ਕੰਨ ਤੇ ਹੈਗੇ ਨੇ ਬਾਕੀ ਦੋ ਕਿੱਥੇ ਨੇ ਦੋ ਕੰਨ ਤਨ ਦੇ ਦੋ ਕੰਨ ਮਨ ਦੇ ਅਸਲ ਤੇ ਅਸੀਂ ਦੋ ਕੰਨਾਂ ਨਾਲ ਬਾਣੀ ਸੁਣਦੇ ਹਾਂ ਤਾਂ ਕਰਕੇ ਸਮਝ ਨਹੀਂ ਆਉਂਦੀ ਬਾਣੀ ਕਿੰਨੇ ਕੰਨਾਂ ਨਾਲ ਸੁਣਦੀ ਹੈ ਚਾਰ ਕੰਨਾਂ ਨਾਲ ਚੁਕੰਨੇ ਹੋ ਕੇ ਵੀ ਗੁਰੂ ਸਾਹਿਬ ਕਹਿ ਕੀ ਰਹੇ ਨੇ ਕਿੰਨਾ ਪਿਆਰਾ ਸ਼ਬਦ ਪੜਿਆ ਸੀ ਦੂਸਰਾ ਸ਼ਬਦ ਕਿਹੜਾ ਸੀ ਤੁਹਾਡੀ ਆਪਣੀ ਲਾਈਨ ਕਿਹੜੀ ਸੀ ਜਿਹੜਾ ਸ਼ਬਦ ਪੜਿਆ ਸੀ ਹਰ ਕੇ ਨਾਮ ਤੇ ਝੂਠੇ ਸਬਦ ਮੈਂ ਸੋਚਦਾ ਸੀ ਨਾ ਕੋਠੀ ਕਾਰ ਇਹ ਸਭ ਵਧੀਆ ਤੇ ਗੁਰੂ ਜੀ ਕਹਿੰਦੇ ਨਹੀਂ ਹਰੀ ਦੇ ਨਾਮ ਤੋਂ ਬਿਨਾਂ ਇਹ ਸਾਰੇ ਪਸਾਰੇ ਝੂਠੇ ਨੇ ਚੁਕੰਨੇ ਹੋ ਕੇ ਸੁਣਾਵੇ ਤੇ ਸਮਝ ਆਏ ਸੋ ਤੀਸਰਾ ਢੰਗ ਬਾਣੀ ਪੜ੍ਹਨ ਦਾ ਕਿਵੇਂ ਪੜ੍ਹੀਏ ਜੀ ਸਮਝ ਸਮਝ ਕੇ ਚੌਥਾ ਕੀ ਹੋਏਗਾ ਬੋਲ ਵੀ ਲਿਆ ਰੁੱਖ ਵੀ ਲਿਆ ਸਮਝ ਵੀ ਲਿਆ ਸੁਣ ਕੇ ਬੋਲਿਆ ਤੇ ਸੁਣਿਆ ਨਾਲ ਹੋ ਗਿਆ ਹੈ ਜੀ ਵਿਚਾਰ ਕੇ ਨਹੀਂ ਸਮਝਣਾ ਤੇ ਵਿਚਾਰਨਾ ਇੱਕੋ ਹੀ ਗੱਲ ਮਨ ਲਗਾ ਕੇ ਕਰਾਂਗੇ ਤਾਂ ਹੀ ਸਮਝ ਆਏ ਚੌਥਾ ਢੰਗ ਹੈ ਮੁਸਕਰਾ ਮੁਸਕਰਾ ਕੇ ਸਾਰੇ ਥੋੜਾ ਜਿਹਾ ਮੁਸਕਰਾ ਕੋਸ਼ਿਸ਼ ਕਰਨਾ ਜਦੋਂ ਗੁਟਕਾ ਚੁੱਕੀਏ ਨਾ ਥੋੜਾ ਜਿਹਾ ਖੇੜੇ ਚ ਆ ਜਾਈਏ ਮੈਂ ਆਪਣੇ ਗੁਰੂ ਨਾਲ ਗੱਲ ਕਰਨ ਲੱਗਾ ਮੈਂ ਅਬੋਹਰ ਆਇਆ ਕਿ ਮਨਦੀਪ ਜੀ ਮਿਲੇ ਜੇ ਮੈਨੂੰ ਮੂੰਹ ਸਜਾ ਕੇ ਮਿਲਦੇ ਮੈਨੂੰ ਕਹਿੰਦੇ ਆਓ ਜੀ ਮੈਨੂੰ ਕਿਵੇਂ ਦਾ ਲੱਗਣਾ ਸੀ ਤੇ ਮੈਨੂੰ ਕਿਵੇਂ ਮਿਲੇ ਹੋਣਗੇ ਮੁਸਕਰਾ ਕੇ ਮਿਲੇ ਆਓ ਜੀ ਹੈ ਬਾਣੀ ਦੇ ਪਾਤਸ਼ਾਹ ਕਹਿੰਦੇ ਨੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਰ ਸੱਜੇ ਦੀ ਮੈਂ ਤਾਂ ਸੋਚਦਾ ਜਦੋਂ ਵੀ ਮੱਥਾ ਟੇਕਣ ਆਈਏ ਨਾ ਗੁਰੂ ਜੀ ਨੂੰ ਦੇਖ ਕੇ ਮੁਸਕਰਾਈਏ ਖੁਸ਼ੀ ਨਹੀਂ ਹੋਣਾ ਚਾਹੀਦੀ ਭਾਈ ਭਗਤ ਹੋਰ ਕੀ ਹੈ ਪ੍ਰੇਮਾ ਭਗਤੀ ਕੀ ਹੈ ਕਿ ਅਸੀਂ ਬਿਨਾਂ ਮੁਸਕਰਾਏ ਪ੍ਰੇਮ ਕਰ ਸਕਦੇ ਹਾਂ ਮੈਨੂੰ ਕੋਈ ਮਿਲੇ ਮੈਂ ਤਾਂ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਸੀ ਮੇਰੀ ਗੋਲੀ ਨਹੀਂ ਹੋਈ ਕਿਉਂ ਕਿਉਂਕਿ ਤੁਹਾਡੇ ਬੋਲਣ ਦੇ ਅੰਦਾਜ਼ ਤੋਂ ਪਤਾ ਲੱਗਦਾ ਜੇ ਮੈਨੂੰ ਖੁਸ਼ੀ ਹੋਈ ਮੇਰੇ ਅੰਦਰ ਖੇੜਾ ਆਏਗਾ ਜੇ ਮੇਰੀ ਭਾਉ ਭਗਤ ਹੈ ਪ੍ਰੇਮਾ ਭਗਤੀ ਹੈ ਤੇ ਮੇਰੇ ਅੰਦਰ ਮੇਰੇ ਚਿਹਰੇ ਤੇ ਮੇਰੇ ਸਰੀਰ ਵਿੱਚ ਖੇੜਾ ਆਏਗਾ ਹੀ ਆਏਗਾ ਸਤਸੰਗਤ ਜੀ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਹਰੇ ਜਨ ਗੁਣ ਗਾਵਤ ਹੱਸਿਆ ਸਾਰੀ ਕਿਰਪਾ ਕਰੇ ਜੀ ਇੱਕ ਵਾਰੀ ਇਕੱਠੇ ਕਿਰਪਾ ਕਰੋ ਥੋੜਾ ਸਮਝ ਕੇ ਹਰੇ ਜਨ ਗੁਣ ਗਾਵਤ ਹੱਸਿਆ ਹਰੇ ਜਨ ਗੁਣ ਗਾਵਤ ਹੱਸਿਆ ਹਰੇ ਜਨ ਗੁਣ ਹਰ ਜਨ ਹਰੀ ਦਾ ਸੇਵਕ ਗੁਣ ਗਾਵਤ ਗੁਣ ਗਾਵਤ ਮਤਲਬ ਗੁਣ ਗਾ ਕੇ ਕੀ ਹੋਇਆ ਹੱਸਿਆ ਉਹਦੇ ਅੰਦਰ ਖੇੜਾ ਆ ਗਿਆ ਜੇ ਨਿਤਨੇਮ ਕਰਨ ਤੋਂ ਬਾਅਦ ਬਾਣੀ ਪੜ੍ਹਨ ਤੋਂ ਬਾਅਦ ਖੇੜਾ ਨਹੀਂ ਆਇਆ ਸਮਝ ਲੈਣਾ ਰਿਜ਼ਲਟ ਆਪਾਂ ਅੱਜ ਪਾਸ ਹਰ ਰੋਜ਼ ਜਦੋਂ ਬਾਣੀ ਪੜ੍ਹੀਏ ਸਾਡੇ ਖੇੜੇ ਵਿੱਚ ਵਾਧਾ ਹੋਣਾ ਚਾਹੀਦਾ ਹੈ ਤੇ ਕਿੰਨਾ ਵਾਧਾ ਹੋਣਾ ਚਾਹੀਦਾ ਜਪਜੀ ਸਾਹਿਬ ਪਹਿਲੀ ਬਾਣੀ ਵਿੱਚ ਪਾਤਸ਼ਾਹ ਜੇ ਕੋਈ ਗੱਲ ਦੋ ਵਾਰੀ ਕਹਿਣ ਦਾ ਮਤਲਬ ਇੰਪੋਰਟੈਂਟ ਹੈ ਜੇ ਤਿੰਨ ਵਾਰੀ ਕਹਿਣ ਹੋਰ ਇੰਪੋਰਟੈਂਟ ਹੈ ਜੇ ਕੋਈ ਗੱਲ ਚਾਰ ਵਾਰੀ ਕਹਿਣ ਇਹਦਾ ਮਤਲਬ ਬਹੁਤ ਇੰਪੋਰਟੈਂਟ ਗੱਲ ਹੈ ਕਿਹੜੀ ਗੱਲ ਚਾਰ ਵਾਰੀ ਜਪਜੀ ਸਾਹਿਬ ਦੇ ਸ਼ੁਰੂ ਸ਼ੁਰੂ ਤੇ ਕਹੀ ਹੈ ਇੱਕੋ ਲਾਈਨ ਪੂਰੀ ਲਾਈਨ ਚਾਰ ਵਾਰੀ ਆਈ ਨਾਨਕ ਭਗਤਾਂ
सारे कृपा करो एक बार फिर नानक भगता नानक जी कहते ने कि भगत सदा विकास विच रहंदे ने विकास नहीं आए मैं विकास समय कर रहा बड़ी देर तक फिर किसी ने समझाया विकास मतलब डेवलपमेंट तरक्की ते विकास मतलब खेड़ा आज जे सब तो वध चीज जरूरी संसार दे विच हो गई है वो साडा खेड़ा है ਸਾਡੇ ਬਜ਼ੁਰਗਾਂ ਕੋਲ ਏਸੀ ਨਹੀਂ ਸੀ ਕੋਠੀਆਂ ਨਹੀਂ ਸੰਕਾਰਾ ਨਹੀਂ ਸੀ ਪਰ ਖੁਸ਼ ਰਹਿੰਦੇ ਸੀ ਸਾਡੇ ਕੋਲ ਸਾਰਾ ਕੁਝ ਹੀ ਆ ਗਿਆ ਪਰ ਸਾਡੇ ਚਿਹਰੇ ਉਦਾਸ ਮੁਰਝਾਏ ਗੁੱਸਾ ਚਿੰਤਾ ਕਾੜਾ ਅੰਦੇਸ਼ਾ ਘਬਰਾਹਟ ਤੌਖਲਾ ਇਹ ਸਾਡਾ ਕੇਵਲ ਪੰਜਾਬ ਦੀ ਜਾਂ ਮੋਹਰ ਦੀ ਗੱਲ ਨਹੀਂ ਇਹ ਸਾਰੀ ਹਿਊਮੈਨਿਟੀ ਸਾਰੇ ਸੰਸਾਰ ਵਾਸਤੇ UNO ਨੇ ਇੱਕ ਗੱਲ ਕਹੀ ਸੀ ਜਦੋਂ ਇਹ ਸਦੀ ਨਵੀਂ ਸ਼ੁਰੂ ਹੋਈ 2007 ਦੇ ਵਿੱਚ ਉਹਨਾਂ ਨੇ ਇੱਕ ਭਵਿੱਖਬਾਣੀ ਕੀਤੀ ਕਿ ਪਿਛਲੀ ਸੈਂਚਰੀ ਸੀ ਅ ਸੈਂਚਰੀ ਆਫ ਪੋਲੀਟੀਕਲ ਐਂਡ ਇਕਨੋਮਿਕ ਰਿਫਿਊਜੀਸ ਤੇ ਕਹਿੰਦੇ ਅਗਲੀ ਕਿਵੇਂ ਦੀ ਹੋਏਗੀ ਕਹਿੰਦੇ ਅਗਲੀ ਸੈਂਚਰੀ ਅਗਲੇ 100 ਸਾਲ ਦੈਟ ਵਿਲ ਬੀ ਅ ਸੈਂਚਰੀ ਆਫ ਸਪਿਰਚੁਅਲ ਰਿਫਿਊਜੀਸ ਲੋਕਾਂ ਕੋਲ ਕੋਠੀਆਂ ਵੀ ਹੋਣਗੀਆਂ ਕਾਰਾਂ ਵੀ ਹੋਣਗੀਆਂ ਏਸੀ ਵੀ ਹੋਣਗੇ ਬੱਚੇ ਵੀ ਹੋਣਗੇ ਕੱਪੜੇ ਵੀ ਹੋਣਗੇ ਖਾਣਾ ਵੀ ਹੋਏਗਾ ਪਰ ਉਹਨਾਂ ਕੋਲ ਮਨ ਦੀ ਸ਼ਾਂਤੀ ਰਾਤੀ ਨੀਂਦ ਗੋਲੀਆਂ ਖਾਣ ਕੇ ਦਵਾਈਆਂ ਖਾਣ ਕੇ ਬੜੇ ਆਹਤ ਰਣਗੇ ਕਿਹੜਾ ਹੀ ਨਹੀਂ ਆਏਗਾ ਪਰ ਸਾਧ ਸੰਗਤ ਜੀ ਇਸ ਸਦੀ ਦੇ 17-18 ਸਾਲ ਬੀਤ ਗਏ ਨੇ ਸਾਨੂੰ ਨਜ਼ਰ ਆ ਰਹੇ ਹੈ ਰੁਝਾਨ ਇਸ ਆਓ ਬਾਣੀ ਨਾਲ ਜੁੜ ਜਾਏ ਬਾਣੀ ਐਸੇ ਮਨ ਸੀਤਲ ਵਿੱਚ ਸਾਰੇ ਅੱਛਾ ਕਹਿੰਦੇ ਨੇ ਕਮਲ ਵਿਗਾਸ ਕਮਲ ਖਿੜਦਾ ਹੈ ਕਮਲ ਦਾ ਫੁੱਲ ਇਹ ਗਿਰਦੇ ਦੇ ਉੱਤੇ ਕਹਿੰਦੇ ਨੇ ਉਰਦ ਕਮਲ ਕਈ ਵਾਰੀ ਸਾਡਾ ਕਮਲ ਉੱਠਾ ਆਇਆ ਪਿਆ ਉਦਾਸ ਦੇ ਘਬਰਾਏ ਦੇ ਤੁਰਦੇ ਆ ਤੇ ਜਦੋਂ ਬਾਣੀ ਨਾਲ ਜੁੜਦੇ ਆ ਤੇ ਇਹ ਉਲਟਾ ਕਮਲ ਜਿਹੜਾ ਇਹ ਖਿੜ ਜਾਂਦਾ ਹੈ ਪੂਰਾ ਕਮਲ ਖਿੜਿਆ ਅਨੰਤ ਦਾ ਸਮਾਂ ਪਰ ਅੱਛਾ ਕਹਿੰਦੇ ਨੇ ਸਦਾ ਵਿਗਾਸ ਸਦਾ ਮਤਲਬ ਹਮੇਸ਼ਾ ਸਾਨੂੰ ਖੁਸ਼ੀ ਆਉਂਦੀ ਹੈ ਸਾਡੀ ਕਦਾ ਕਦਾ ਖੁਸ਼ੀ ਕਦੇ ਕਦਾ ਜੇ ਕਦੇ ਅਸੀਂ ਦੇਖਣਾ ਹੋਵੇ ਅਸੀਂ ਕਿੰਨੇ ਕੁ ਅਮੀਰ ਹੋ ਗਏ ਪੈਸੇ ਵਾਲੇ ਨਹੀਂ ਜੀਵਨ ਵਾਲੇ ਤੇ ਦੇਖਿਆ ਕਰੀਏ ਕਿੰਨੀਆਂ ਰਾਤਾਂ ਸੋਏ ਚਿੰਤਾ ਤੇ ਕਿੰਨੇ ਦਿਨ ਜਾਗ ਗਏ ਚਿੰਤਾ ਜੇ ਤਾਂ ਐਸੀਆਂ ਰਾਤਾਂ ਦੀ ਗਿਣਤੀ ਵੱਧ ਰਹੀ ਹੈ ਸਮਝ ਲਓ ਸਾਡੀ ਭਗਤੀ ਥਾਏ ਪੈ ਰਹੀ ਹੈ ਜੇ ਐਸੇ ਦਿਨਾਂ ਦੀ ਗਿਣਤੀ ਵੱਧ ਰਹੀ ਹੈ ਕਿ ਚੜ੍ਹਦਿਆਂ ਹੀ ਬੜਾ ਚਾਅ ਹੁੰਦਾ ਹੈ ਉੱਠਦਿਆਂ ਹੀ ਸਵੇਰੇ ਚਾਅ ਹੁੰਦਾ ਹੈ ਸਮਝ ਲਓ ਸਾਡੀ ਭਗਤੀ ਥਾਏ ਪੈ ਰਹੀ ਹੈ ਤੇ ਜੇ ਰਾਤੀ ਨੀਂਦ ਨਹੀਂ ਆਉਂਦੀ ਚਿੰਤਾ ਹੈ ਭਾਰ ਹੈ ਘਬਰਾਹਟ ਹੈ ਸਮਝ ਲਓ ਮੇਰੀ ਭਗਤੀ ਚ ਕੋਈ ਕਮੀ ਜ਼ਰੂਰ ਹੈ ਬਸ ਇੰਨੀ ਕੁ ਗੱਲ ਗੁਰੂ ਸਾਹਿਬ ਕਮਾਲ ਕਰਦੇ ਨੇ ਬਾਣੀ ਚ ਕਹਿੰਦੇ ਨੇ ਗੁਰ ਕੀ ਸੇਵਾ ਸ਼ਬਦ ਵਿਚਾਰ ਸਾਰੀ ਕਿਰਪਾ ਕਰੋ ਕਿਸੇ ਕੋਲ ਅਰਥ ਪੁੱਛਣ ਜਾਣ ਦੀ ਲੋੜ ਹੈ ਇੱਕ ਵਾਰੀ ਫਿਰ ਪੜ੍ਹ ਲਓ ਆ ਜਾਣਗੇ ਗੁਰ ਕੀ ਸੇਵਾ ਗੁਰੂ ਦੀ ਸੇਵਾ ਕੀ ਹੈ ਸ਼ਬਦ ਵਿਚਾਰ ਮੈਂ ਤੇ ਸੋਚਦਾ ਸੀ ਜੋੜਿਆਂ ਦੀ ਸੇਵਾ ਭਾਂਡਿਆਂ ਦੀ ਸੇਵਾ ਲੰਗਰ ਦੀ ਸੇਵਾ ਗੁਰੂ ਦੀ ਸੇਵਾ ਹਾਂ ਉਹ ਵੀ ਹੈ ਉਹ ਵੀ ਕਰਨੀ ਹੈ ਪਰ ਗੁਰੂ ਜੀ ਆ ਉਹਦੀ ਸੇਵਾ ਵੀ ਕਹਿੰਦੇ ਆ ਵੀ ਕਰੋ ਕਿਹੜੀ ਸੇਵਾ ਸ਼ਬਦ ਵਿਚਾਰ ਕਰਨ ਦੀ ਸੇਵਾ ਸਤਸੰਗ ਜੀ ਬੜਾ ਪਿਆਰਾ ਇੱਕ ਉਪਰਾਲਾ ਇਸ ਨੌਜਵਾਨਾਂ ਨੇ ਕੀਤਾ ਹੋਇਆ ਉਹ ਹਰ ਰੋਜ਼ 2-4 ਜਣੇ ਰਲ ਕੇ ਨਾ ਵਡਿਆਈ ਦੀ ਚਾਰ ਕਰਦੇ ਇਹ ਪੁਰਾਣੇ ਇਤਿਹਾਸ ਵਿੱਚ ਵੀ ਲਿਖਿਆ ਮਿਲਦਾ ਜਿਨ੍ਹਾਂ ਜਿਨ੍ਹਾਂ ਦੇ ਬਖਸ਼ਿਸ਼ ਹੋਈ ਨਾ ਉਹ ਕੀ ਕਰਦੇ ਕੋਈ ਬਹੁਤਾ ਵੱਡਾ ਇਕੱਠ ਨਹੀਂ ਭਾਵੇਂ ਪਰਿਵਾਰ ਦੇ ਜੀ ਭਾਵੇਂ ਮੱਲੇ ਦੇ 2-4 ਜੀ ਸਿਰਫ ਅੱਧੇ ਘੰਟੇ ਲਈ 20 ਮਿੰਟ ਲਈ 1 ਘੰਟੇ ਲਈ ਇਕੱਠੇ ਹੋ ਜਾਓ ਇੱਕ ਸ਼ਬਦ ਦੀ ਰਲ ਕੇ ਵਿਚਾਰ ਕਰੋ ਇੱਕ ਦੂਜੇ ਨੂੰ ਸਵਾਲ ਪੁੱਛੋ ਲੈਕਚਰ ਨਹੀਂ ਸਵਾਲ ਜਵਾਬ ਇੱਕ ਦੂਜੇ ਨਾਲ ਗੱਲ ਕਰਨੀ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਵੀ ਹੈ ਇਹਦਾ ਪ੍ਰਮਾਣ ਇਹ ਵੀ ਹੈ ਕਾਂ ਸਿੰਘ ਨਾਲਾ ਬੜਾ ਪਿਆਰਾ ਅਰਥ ਲਿਖਦੇ ਨੇ ਕਿ ਵਿਚਾਰ ਦਾ ਮਤਲਬ ਹੈ ਅਸਲੀਅਤ ਤੱਕ ਪਹੁੰਚਣ ਦੀ ਕਿਰਿਆ ਤੇ ਪਾਤਸ਼ਾਹ ਜਪਜੀ ਸਾਹਿਬ ਜੀ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਨਿਦਰਨ ਕਰਨਾ ਹੈ ਕੀਰਤਨ ਕਰਨਾ ਹੈ ਕਿ ਵਡਿਆਈ ਵਿਚਾਰ ਕਰਨੀ ਹੈ
ਅਸਲ ਵਿੱਚ ਅਸੀਂ ਕੀਰਤਨ ਰਾਹੀਂ ਵਡਿਆਈ ਵਿਚਾਰ ਕਰਨੀ ਸੀ, ਨਿਤਨੇਮ ਰਾਹੀਂ ਵਡਿਆਈ ਵਿਚਾਰ ਕਰਨੀ ਸੀ, ਪਰ ਨਹੀਂ, ਹੁਣ ਅਸੀਂ ਇਕੱਲਾ ਕੀਰਤਨ ਕਰਦੇ ਹਾਂ, ਇਕੱਲਾ ਨਿਤਨੇਮ ਕਰਦੇ ਹਾਂ। ਸਾਡਾ ਨਿਸ਼ਾਨਾ ਸੀ ਪਰਮਾਤਮਾ ਨੂੰ ਮਿਲਣਾ, ਉਹਦਾ ਢੰਗ ਸੀ ਨਿਤਨੇਮ ਕਰਨਾ, ਹੁਣ ਸਾਡਾ ਨਿਸ਼ਾਨਾ ਬਣ ਗਿਆ ਨਿਤਨੇਮ ਕਰਨਾ। ਅਸੀਂ ਵੇਖਦੇ ਹੀ ਨਹੀਂ ਕਿ ਨਿਤਨੇਮ ਨਾਲ ਮੇਰਾ ਜੀਵਨ ਬਦਲ ਰਿਹਾ ਕਿ ਨਹੀਂ ਬਦਲ ਰਿਹਾ, ਮੇਰੇ ਅੰਦਰ ਗਿਆਨ ਆ ਰਿਹਾ ਕਿ ਨਹੀਂ ਆ ਰਿਹਾ। ਸਰ ਸੰਗਤ ਜੀ, ਇਹ ਤਾਂ ਹੀ ਆਏਗਾ ਜਦੋਂ ਅਸੀਂ ਖੇੜੇ ਵਿੱਚ ਆਵਾਂਗੇ, ਪ੍ਰੇਮਾ ਭਗਤੀ ਵਿੱਚ ਆਵਾਂਗੇ। ਮੈਂ ਤੇ ਕਹਿੰਦਾ ਪਾਠ ਵੀ ਮੁਸਕਰਾ ਕੇ ਕਰਿਆ ਕਰੀਏ ਤੇ ਕੀਰਤਨ ਵੀ ਮੁਸਕਰਾ ਕੇ ਸੁਣਿਆ ਕਰੀਏ। ਦਰਬਾਰ ਸਾਹਿਬ ਦਾ ਕੀਰਤਨ ਆ ਰਿਹਾ, ਮੁਸਕਰਾ ਕੇ ਸੁਣੀਏ, ਖਿੜ ਕੇ ਸੁਣੀਏ। ਜਿੰਨਾ ਅਸੀਂ ਖਿੜਾਂਗੇ ਓਨਾ ਅਸੀਂ ਜੁੜਾਂਗੇ, ਤੇ ਜਿੰਨਾ ਅਸੀਂ ਜੁੜੇ ਹੋਵਾਂਗੇ ਓਨਾ ਹੀ ਆਨੰਦ ਸਾਡੇ ਅੰਦਰ ਆਏ। ਸੋ ਪਹਿਲਾ ਢੰਗ ਕਿਹੜਾ ਸੀ ਜੀ ਬਾਣੀ ਪੜ੍ਹਨ ਦਾ? ਦੂਸਰਾ, ਤੀਸਰਾ, ਚੌਥਾ, ਪੰਜਵਾਂ ਕਿਹੜਾ ਰਹਿ ਗਿਆ? ਲੈ ਵਿੱਚ ਹੋਰ ਜੀ, ਹੁਣੇ ਅਸੀਂ ਕੀਤਾ ਪੰਜਵਾਂ ਢੰਗ ਹੈ ਜੀ, ਵਿਚਾਰ ਕੇ ਤੇ ਸਮਝ ਕੇ ਇੱਕੋ ਹੀ ਗੱਲ ਹੋ ਗਈ। ਬਾਰ ਬਾਰ ਇੱਕ ਲਾਈਨ ਨੂੰ ਦੋ ਵਾਰੀ ਪੜ੍ਹੋ, ਤਿੰਨ ਵਾਰੀ ਪੜ੍ਹੋ। ਇੱਕ ਨੌਜਵਾਨ ਨੇ ਬੜਾ ਪਿਆਰਾ ਆਪਣਾ ਅਨੁਭਵ ਦੱਸਿਆ, ਕਹਿੰਦਾ ਜੀ ਅੱਗੇ ਮੈਂ ਗੁਰੂ ਸਾਹਿਬ ਦਾ ਹੁਕਮ ਲੈਂਦਾ ਸੀ, ਇੱਕੋ ਵਾਰੀ ਹੁਕਮ ਲੈ ਕੇ ਰੁਮਾਲਾ ਪਾ ਦਿੰਦਾ ਸੀ। ਕਹਿੰਦੇ ਜੀ ਇੱਕ ਦਿਨ ਕਿਸੇ ਨੇ ਆਉਣਾ ਸੀ ਤੇ ਮੈਂ ਉਹਦੀ ਉਡੀਕ ਕਰ ਰਿਹਾ ਸੀ ਤੇ ਮੈਂ ਗੁਰਦੁਆਰਾ ਸਾਹਿਬ ਹੁਕਮ ਲੈ ਕੇ ਨਾ ਦੁਬਾਰਾ ਦਿੱਤਾ ਹੁਕਮ। ਪਹਿਲੀ ਵਾਰੀ ਤੇ ਪੂਰਾ ਹੁਕਮ ਜਿਵੇਂ ਅਸੀਂ ਗਾਇਨ ਚ ਪੜ੍ਹਦੇ ਹਾਂ ਪੜ੍ਹ ਗਿਆ, ਦੂਜੀ ਵਾਰੀ ਕਹਿੰਦੇ ਮੈਂ ਉਹਦੇ ਹੱਥ ਸਮਝ ਸਮਝ ਕੇ ਪੜ੍ਹਿਆ। ਮੈਨੂੰ ਲੱਗਾ ਵੀ ਯਾਰ ਪਹਿਲੀ ਵਾਰੀ ਦੀਆਂ ਗੱਲਾਂ ਮੈਨੂੰ ਸਮਝ ਹੀ ਨਹੀਂ ਆਈਆਂ। ਇੱਕ ਫਰਮਾਨ, ਇੱਕ ਸ਼ਬਦ ਨੂੰ ਦੋ ਵਾਰੀ ਪੜ੍ਹੀਏ, ਤਿੰਨ ਵਾਰੀ ਪੜ੍ਹੀਏ, ਚਾਰ ਵਾਰੀ ਪੜ੍ਹੀਏ, ਉਸ ਫਰਮਾਨ, ਉਸ ਸ਼ਬਦ ਦੇ ਜਿਹੜੇ ਅਰਥ ਨੇ ਸਾਡੇ ਅੰਦਰੋਂ ਪ੍ਰਗਟ ਹੋਣਗੇ। ਇਹਨੂੰ ਹੀ ਤੇ ਕਹਿੰਦੇ ਨੇ ਆਤਮ ਪ੍ਰਕਾਸ਼, ਆਪਣੇ ਅੰਦਰੋਂ ਚਾਨਣ ਪੈਦਾ ਹੋਣਾ। ਠੀਕ ਹੈ, ਬਾਰ ਬਾਰ ਸੁਣਨੇ, ਠੀਕ ਹੈ, ਆਪਣੇ ਅੰਦਰੋਂ ਅਰਥ ਵਿਚਾਰ ਪੈਦਾ ਹੋਣੀ। ਆਓ ਅਸੀਂ ਬਾਣੀ ਨੂੰ ਬਾਰ ਬਾਰ ਪੜ੍ਹੀਏ, ਜਿਹੜਾ ਨਹੀਂ ਸਮਝ ਆਉਂਦਾ ਉਹ ਵੀ ਬਾਰ ਬਾਰ ਪੜ੍ਹੀਏ, ਤੇ ਜਿਹੜਾ ਸਮਝ ਆ ਜਾਏਗਾ ਉਹਨੂੰ ਵੀ ਦਿਲ ਕਰੇਗਾ ਬਾਰ ਬਾਰ ਪੜ੍ਹੀ ਚਾਹੀਦੀ। ਸਤ ਸੰਗਤ ਜੀ, ਜੇ ਅਸੀਂ ਬਾਣੀ ਨੂੰ ਇਸ ਤਰ੍ਹਾਂ ਵਿਚਾਰ ਕੇ ਪੜ੍ਹਾਂਗੇ ਤੇ ਸਾਡੇ ਅੰਦਰ ਖੇੜਾ ਆ ਜਾਏ। ਜਿਸ ਮਨੁੱਖ ਦੇ ਅੰਦਰ ਖੇੜਾ ਹੈ, ਫਿਰ ਉਹਦੇ ਪਰਿਵਾਰ ਵਿੱਚ ਖੇੜਾ ਹੋਏਗਾ। ਜੇ ਕਿਸੇ ਨੇ ਕਿਹਾ, ਇੱਕ ਬੜੀ ਵੱਡੀ ਚਰਚਾ ਹੋਈ ਕਿ ਵਰਲਡ ਪੀਸ ਕਿਵੇਂ ਲਿਆ ਸਕਦੇ ਹਾਂ, ਵਿਸ਼ਵ ਸ਼ਾਂਤੀ ਕਿਵੇਂ ਆ ਸਕਦੀ ਹੈ, ਬੜੇ ਸੁਝਾਅ ਦਿੱਤੇ ਗਏ। ਤੇ ਇੱਕ ਸੱਜਣ ਨੇ ਕਿਹਾ ਕਿ ਪਹਿਲਾਂ ਬੰਦਾ ਆਪਣੇ ਅੰਦਰ ਹੀ ਆਪਣੇ ਆਪ ਨਾਲ ਸ਼ਾਂਤ ਹੋ ਜਾਏ ਨਾ, ਹਰ ਬੰਦਾ ਆਪਣੇ ਆਪ ਨਾਲ ਸ਼ਾਂਤ ਹੋ ਜਾਏ, ਸੰਸਾਰ ਵਿੱਚ ਸ਼ਾਂਤੀ ਆ ਜਾਏ। ਅਸਲ ਵਿੱਚ ਸਾਡੀ ਆਪਣੇ ਆਪ ਨਾਲ ਸ਼ਾਂਤੀ ਨਹੀਂ, ਅਸੀਂ ਆਪਣੇ ਆਪ ਤੋਂ ਉਖੜੇ ਹੋਏ, ਆਪਣੇ ਮੂਲ ਸੋਮੇ ਤੋਂ, ਆਪਣੇ ਜੋਤ ਸਰੂਪ ਮਨ ਨੂੰ ਪਛਾਣ ਨਹੀਂ ਪਾ। ਟੈਕਨੋਲੋਜੀ ਨੇ ਸਾਨੂੰ ਆਰਾਮ ਵੀ ਦਿੱਤਾ ਹੈ, ਪਰ ਅਸੀਂ ਆਪਣੇ ਆਪ ਤੋਂ ਦੂਰ ਹੋਏ ਹਾਂ। ਵਰਲਡ ਦੇ ਵਿੱਚ ਇਸ ਵੇਲੇ ਲੋਕ ਘੰਟਾ, ਦੋ ਘੰਟੇ, ਜਾਂ ਕਈ ਇੰਗਲੈਂਡ ਦੇ ਵਿੱਚ ਤਾਂ ਇੱਕ ਸਮਾਜ ਹੈ, ਉਹ ਕਹਿੰਦੇ ਨੇ ਵੀ ਹਰ ਸ਼ਨੀਵਾਰ ਮੋਬਾਈਲ ਆਫ, ਕੋਈ ਈਮੇਲ ਨਹੀਂ ਦੇਖ ਰਹੀ, ਕੋਈ ਫੋਨ ਨਹੀਂ ਸੁਣਦਾ। ਟੈਕਨੋਲੋਜੀ ਬ੍ਰੇਕ, ਉਹ ਕਹਿੰਦੇ ਨੇ ਆਫਲਾਈਨ ਇਜ਼ ਨਿਊ ਲਗਜ਼ਰੀ। ਲਗਜ਼ਰੀ ਕਹਿੰਦੇ ਵੀ ਬੜਾ ਅਮੀਰੀ ਹੋਏ ਨਾ, ਕਹਿੰਦੇ ਆਫਲਾਈਨ ਹੋਣਾ ਵੱਡੀ ਅਮੀਰੀ ਹੈ, ਕਿਉਂਕਿ ਸਾਡਾ ਦਿਮਾਗ ਪਰੇਸ਼ਾਨ ਹੋ ਗਿਆ, ਅਸੀਂ ਆਪਣੇ ਆਪ ਨਾਲ ਬੈਠਦੇ ਹੀ ਨਹੀਂ। ਘੱਟੋ ਘੱਟ ਪਾਠ ਕਰਨ ਲੱਗਿਆਂ, ਗੁਰਦੁਆਰੇ ਆਉਣ ਲੱਗਿਆਂ ਮੋਬਾਈਲ ਆਫ ਕਰ ਦੇ, ਘਰ ਦੱਸ ਗਿਆ ਵੀ ਮੈਂ ਉੱਥੇ ਚੱਲਿਆ ਅੱਧੇ ਘੰਟੇ ਲਈ, ਮੇਰਾ ਮੋਬਾਈਲ ਬੰਦ। ਦੇਖੋ ਕਿੰਨਾ ਆਨੰਦ ਆਉਂਦਾ, ਮਨ ਨੂੰ ਸ਼ਾਂਤੀ ਮਿਲਦੀ। ਸਤ ਸੰਗਤ ਜੀ, ਆਨੰਦਮਈ ਪਰਿਵਾਰਕ ਜੀਵਨ ਦਾ ਪਹਿਲਾ ਪੱਖ ਹੈ ਕਿ ਮੈਂ ਆਪਣੇ ਆਪ ਨਾਲ ਆਨੰਦਿਤ ਹੋਵਾਂ। ਜਿਹੜਾ ਮਨੁੱਖ ਆਪਣੇ ਆਪ ਨਾਲ ਆਨੰਦਿਤ ਹੈ, ਪਾਤਸ਼ਾਹ ਕਹਿੰਦੇ ਨੇ ਉਹਦਾ ਮੁੱਖ ਉਜਲਾ ਹੋ ਜਾਏਗਾ। ਨਾਨਕ ਤੇ ਮੁੱਖ ਉਜਲੇ, ਉਹ ਮੁੱਖ ਉਜਲੇ ਹੋ ਜਾਣਗੇ। ਗੁਰਮੁਖਾਂ ਦੇ ਮੁੱਖ ਉਜਲੇ, ਮਨ ਮੁੱਖ ਜੀਏ ਪਰਾਲੀ। ਗੁਰਮੁਖਾਂ ਦੇ ਮੁੱਖ ਖਿੜੇ ਹੋਣਗੇ, ਤੇਜ ਹੋਏਗਾ, ਤੇ ਮਨ ਮੁੱਖ ਉਦਾਸ ਜੇ ਹੋਣਗੇ, ਢਿੱਲੇ ਜੇ ਹੋਣਗੇ, ਪੀਲੇ ਪਏ ਹੋਣਗੇ, ਜਿਵੇਂ ਪਰਾਲੀ ਹੋਵੇ, ਮਨ ਮੁੱਖ ਜੀਏ ਪਰਾਲੀ, ਆਪਣੇ ਆਪ ਤੋਂ ਪਤਾ ਲੱਗ ਜਾਏਗਾ। ਸਰ ਦੂਸਰੀ ਗੱਲ, ਜਦੋਂ ਅਸੀਂ ਹੁਣ ਪਰਿਵਾਰ ਦੇ ਵਿੱਚ ਹਾਂ,
ਸਾਡਾ ਰਿਸ਼ਤਾ ਪਤੀ ਪਤਨੀ ਦਾ ਵੀ ਰਿਸ਼ਤਾ ਹੈ। ਮੈਂ ਕਿਸੇ ਦਾ ਭਰਾ ਵੀ ਹਾਂ, ਕਿਸੇ ਦਾ ਪਤੀ ਵੀ ਹਾਂ, ਕਿਸੇ ਦਾ ਬਾਪ ਵੀ ਹਾਂ, ਕਿਸੇ ਦਾ ਬੱਚਾ ਵੀ ਹਾਂ। ਕਿੰਨੇ ਹੀ ਰਿਸ਼ਤੇ ਨੇ। ਜੇ ਇੱਕ ਯੂਨਿਟ, ਇੱਕ ਬੰਦਾ, ਇੱਕ ਜੋ ਇਨਸਾਨ ਹੈ ਉਹ ਕਲਹਿ ਕਲੇਸ਼ ਮਚਾਉਂਦਾ ਹੈ, ਅੱਗੋਂ ਦੂਜਾ ਵੀ ਕਲਹਿ ਕਲੇਸ਼ ਮਚਾਉਂਦਾ ਹੈ, ਤੇ ਉਹ ਕਲੇਸ਼ ਵਧਿਆ ਕਿ ਘਟਿਆ? ਵਧਿਆ। ਤੇ ਜੇ ਇੱਕ ਬੋਲੀ ਚੱਲੇ, ਦੂਜਾ ਸ਼ਾਂਤ ਰਵੇ, ਫਿਰ ਕੀ ਹੋਏਗਾ? ਕਲੇਸ਼ ਖਤਮ ਹੋ ਜਾਏਗਾ, ਘਟ ਜਾਏ। ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਇੱਕ ਵਾਈਸ ਚਾਂਸਲਰ, ਉਹ ਇੱਕ ਦਿਨ ਆਪਣੇ ਡੀਨ ਡਾਇਰੈਕਟਰਸ ਨੂੰ ਕੋਈ ਗੱਲ ਸੁਣਾ ਰਹੇ ਸੀ। ਮੇਰੀ ਨਵੀਂ ਨਵੀਂ ਭਰਤੀ ਹੋਈ ਸੀ 92, ਤੇ ਮੇਰੀ ਡਿਊਟੀ ਮੀਟਿੰਗਸ ਨੂੰ ਕਵਰ ਕਰਦੀ ਹੁੰਦੀ ਸੀ, ਉਹਦੀ ਰਿਪੋਰਟ ਤਿਆਰ ਕਰਨ ਦੀ ਹੁੰਦੀ ਸੀ। ਹਾਲੀ ਮੀਟਿੰਗ ਸ਼ੁਰੂ ਨਹੀਂ ਹੋਈ ਸੀ ਤੇ ਵੀਸੀ ਸਾਹਿਬ ਬਾਕੀਆਂ ਨੂੰ ਗੱਲ ਸੁਣਾ ਰਹੇ ਸੀ। ਕਹਿੰਦੇ ਮੇਰੇ ਦੋਨੋਂ ਬੱਚੇ ਡਾਕਟਰ ਬਣ ਗਏ, ਵੱਡੇ ਹੋ ਗਏ, ਵਿਆਹ ਦਿੱਤੇ। ਕਹਿੰਦੇ ਜੀ ਇੱਕ ਦਿਨ ਮੈਨੂੰ ਪੁੱਛਦੇ ਨੇ ਕਿ ਮੰਮਾ ਪਾਪਾ ਤੁਹਾਨੂੰ ਕਦੇ ਲੜਦਿਆਂ ਨਹੀਂ ਦੇਖਿਆ? ਆਲੇ ਦੁਆਲੇ ਸਭ ਦੇ ਸੁਣਦੇ ਆ ਵੀ ਕਹਿੰਦੇ ਸੀ ਸਾਡੇ ਮਾਂ ਪਿਓ ਲੜਦੇ ਨੇ, ਤੁਹਾਨੂੰ ਕਦੇ ਅਸੀਂ ਲੜਦੇ ਨਹੀਂ ਦੇਖਿਆ। ਉਹ ਕਹਿੰਦੇ ਅਸੀਂ ਬੱਚਿਆਂ ਨੂੰ ਕਿਹਾ, ਬੱਚਿਓ ਅਸੀਂ ਲੜਦੇ ਤਾਂ ਹਾਂ, ਪਰ ਸਾਡੀ ਲੜਾਈ ਦੇ ਦੋ ਅਸੂਲ ਨੇ। ਕਹਿੰਦੇ ਕਿਹੜੇ ਅਸੂਲ? ਕਹਿੰਦੇ ਜੀ ਪਹਿਲੀ ਗੱਲ ਅਸੀਂ ਕਿਹਾ ਵੀ ਬੱਚਿਆਂ ਦੇ ਸਾਹਮਣੇ ਕਦੇ ਨਹੀਂ ਲੜਨਾ। ਜਦੋਂ ਬੱਚੇ ਨੇੜੇ ਨੇ ਨਾ, ਉਸ ਵੇਲੇ ਗੁੱਸਾ ਪੀ ਜਾਓਗੇ, ਬੱਚਾ ਹੁਣ ਟਿਊਸ਼ਨ ਜਾ ਲੇ, ਸਕੂਲ ਜਾ ਲੇ, ਫਿਰ ਲੜਾਂਗੇ। ਕਹਿੰਦੇ ਜਦੋਂ ਇਹਨਾਂ ਨੂੰ ਟਾਈਮ ਪੈ ਜਾਂਦਾ ਸੀ ਨਾ, ਵੈਸੇ ਹੀ ਮਨ ਸ਼ਾਂਤ ਹੋ ਜਾਂਦਾ। ਇੰਪਲਸ ਹੈ, ਗੁੱਸਾ ਚੜਿਆ। ਮੈਂ ਤੇ ਕਹਿੰਦਾ ਵੀ ਜਦੋਂ ਗੁੱਸਾ ਚੜਨ ਦਾ ਮਤਲਬ ਪਤਾ ਕੀ ਮਤਲਬ ਹੈ? ਗੁੱਸਾ ਚੜਨ ਦਾ ਮਤਲਬ ਇਹ ਇਹਨਾਂ ਦੀ ਤਬੀਅਤ ਵੀ ਠੀਕ ਕਿ ਨਹੀਂ। ਬੰਦੇ ਨੂੰ ਜਦੋਂ ਗੁੱਸਾ ਚੜਿਆ ਹੁੰਦਾ, ਉਹਨੂੰ ਸੋਚ ਸਮਝ ਨਹੀਂ ਆਉਂਦੀ ਮੈਂ ਕੀ ਕਰਨਾ, ਮੈਂ ਕੀ ਬੋਲ ਰਿਹਾ। ਗੁੱਸੇ 'ਚ ਗਲਤ ਬੋਲ ਜਾਂਦਾ ਬੰਦਾ, ਇਹਦਾ ਮਤਲਬ ਉਹਦੀ ਤਬੀਅਤ ਠੀਕ ਨਹੀਂ। ਤੇ ਜੇ ਇੱਕ ਜਣੇ ਨੂੰ ਬੁਖਾਰ ਹੋਵੇ ਤੇ ਦੂਜਾ ਘਰ ਦੇ ਵਿੱਚ ਉਹ ਵੀ ਬੁਖਾਰ ਚੜ ਲੈਂਦਾ ਹੈ? ਨਹੀਂ, ਉਹ ਤਾਂ ਆਪਣੀ ਤਬੀਅਤ ਠੀਕ ਰੱਖਦਾ ਹੈ। ਇੱਕ ਨੂੰ ਗੁੱਸਾ ਚੜਿਆ ਹੋਇਆ, ਦੂਜਾ ਸ਼ਾਂਤ ਰਹੇ, ਕਿੰਨੀ ਦੇਰ ਗੁੱਸਾ ਚੜੇਗਾ? ਕਹਿੰਦੇ ਜਦੋਂ ਉਡੀਕਦੇ ਸੀ ਬੱਚੇ ਉਹਦੇ ਪਰੇ ਹੋ ਜਾਣ, ਆਪੇ ਹੀ ਗੁੱਸਾ ਸ਼ਾਂਤ ਹੋ ਜਾਂਦਾ। ਤੇ ਜੇ ਨਾ ਵੀ ਸ਼ਾਂਤ ਹੋਏ ਤੇ ਲੜਾਈ ਦਾ ਸਾਡਾ ਦੂਸਰਾ ਅਸੂਲ ਇਹ ਸੀ ਕਿ ਜਦੋਂ ਇੱਕ ਨੂੰ ਗੁੱਸਾ ਚੜੇ ਦੂਜੇ ਨੇ ਨਹੀਂ ਬੋਲਣਾ, ਦੂਜੇ ਨੂੰ ਚੜੇ ਤੇ ਪਹਿਲੇ ਨੇ ਨਹੀਂ ਬੋਲਣਾ। ਕਹਿੰਦੇ ਤੁਹਾਡੀ ਮੰਮਾ ਕਹਿੰਦੇ ਜਦੋਂ ਮੈਨੂੰ ਗੁੱਸਾ ਚੜਿਆ, ਤੁਹਾਡੀ ਮੰਮਾ ਕਹਿੰਦੇ ਤੁਹਾਡੇ ਪਾਪਾ ਦੀ ਤਬੀਅਤ ਠੀਕ ਨਹੀਂ। ਤੇ ਜਦੋਂ ਮੰਮਾ ਨੂੰ ਕਦੇ ਗੁੱਸਾ ਚੜਿਆ ਹੁੰਦਾ ਸੀ, ਮੈਂ ਕਹਿੰਦਾ ਸੀ ਹੈ ਤਾਂ ਬੜੀ ਚੰਗੀ ਪਰ ਅੱਜ ਦੀ ਤਬੀਅਤ ਠੀਕ ਨਹੀਂ। ਇੱਕ ਦੂਸਰੇ ਨੂੰ ਐਡਜਸਟ ਕਰਨਾ, ਇੰਗਲਿਸ਼ ਸ਼ਬਦ ਹੈ ਹਾਰਮਨੀ। ਹਾਰਮਨੀ ਦਾ ਮਤਲਬ ਹੈ ਸ਼ਾਂਤੀ। ਕਹਿੰਦੇ ਜੀ ਘਰ ਵਿੱਚ ਹਾਰਮਨੀ ਤਾਂ ਹੀ ਹੋਏਗੀ ਜੇ ਦੋਵਾਂ ਚੋਂ ਇੱਕ ਜਣਾ ਕਹੇਗਾ ਮੈਂ ਹਾਰ ਮੰਨੀ। ਜੇ ਦੋਨੋਂ ਆਪਣੇ ਰਹਿਣਗੇ, ਉਸ ਘਰ ਦੇ ਵਿੱਚ ਸ਼ਾਂਤੀ ਕਦੇ ਨਹੀਂ ਆ ਸਕਦੀ। ਔਰ ਤੁਸੀਂ ਨਹੀਂ ਵੀ ਗਲਤ, ਕਦੇ ਕਦੇ ਤਾਂ ਹੀ ਝੁਕ ਜਾਣਾ ਚਾਹੀਦਾ। ਆਪਣੇ ਪਿੰਡਾਂ 'ਚ ਪੁਰਾਣਾ ਆਮ ਕਿਹਾ ਕਰਦੇ ਸੀ, ਕਹਿੰਦੇ ਜਿੱਤਿਆ ਉਹ ਨਹੀਂ ਜੋ ਕਹਿ ਗਿਆ, ਜਿੱਤਿਆ ਉਹ ਜੋ ਸਹਿ ਗਿਆ। ਕਦੇ ਕਦੇ ਸਹਿਣਾ ਵੀ ਚਾਹੀਦਾ, ਹਰ ਵੇਲੇ ਵੀ ਨਹੀਂ, ਲੋੜ ਤੋਂ ਵੱਧ ਵੀ ਨਹੀਂ। ਇਹ ਵੀ ਆਪਣਾ ਦਬਾ ਦੇਵੇ ਪੂਰੀ ਤਰ੍ਹਾਂ, ਉਹ ਵੀ ਨਹੀਂ। ਲੇਕਿਨ ਹਰ ਵੇਲੇ ਆਕੜਨਾ ਨਹੀਂ ਚਾਹੀਦਾ, ਹਰ ਵੇਲੇ ਲੜਨਾ ਨਹੀਂ ਚਾਹੀਦਾ। ਦੇਖੋ ਮਹਾਂਪੁਰਖਾਂ ਦੀ ਕਈਆਂ ਗੱਲਾਂ ਜਦੋਂ ਮੈਂ ਬਚਨ ਸੁਣੇ ਸੀ, ਕਹਿੰਦੇ ਕਿਸੇ ਦੇ ਬੋਲ ਕੁਬੋਲ ਸਹਾਰਨਾ ਤਪਾ ਸਿਰ ਤਪ ਹੈ। ਲਿਖ ਲਓ ਜੀ, ਬੜੀ ਕਮਾਲ ਦੀ ਚੀਜ਼। ਘਰ ਵਿੱਚ ਸ਼ਾਂਤੀ ਆ ਜਾਏਗੀ। ਇੱਕ ਜਣਾ ਜਿੰਨਾ ਮਰਜ਼ੀ ਗੁੱਸੇ ਵਾਲਾ ਹੋਵੇ, ਉਹ ਜ਼ਰੂਰ ਸੋਚੇਗਾ ਕਿ ਮੈਂ ਤਦੀਕੀ ਕਰ ਰਿਹਾ। ਕਿਸੇ ਦੇ ਬੋਲ ਕੁਬੋਲ ਸਹਾਰਨਾ ਤਪਾ ਸਿਰ ਤਪ ਹੈ। ਅਸਲ ਵਿੱਚ ਨਾ ਪੁਰਾਤਨ ਬੜੀ ਵਧੀਆ ਮਰਿਆਦਾ ਸੀ ਕਿ ਆਨੰਦ ਕਾਰਜ ਤੋਂ ਬਾਅਦ ਲੜਕਾ ਤੇ ਲੜਕੀ ਨੂੰ ਉਪਦੇਸ਼ ਦਿੱਤਾ ਜਾਂਦਾ ਸੀ, ਸਿੱਖਿਆ ਦਿੱਤੀ ਜਾਂਦੀ ਸੀ। ਵੱਡੇ ਬਜ਼ੁਰਗਾਂ ਨੂੰ ਯਾਦ ਹੋਏਗਾ ਸਿੱਖਿਆ, ਹੈਨਾ? ਪਿੰਡਾਂ ਦੀ ਪੁਰਾਣੀ ਸਿੱਖਿਆ ਦੇ ਵਿੱਚ ਨਾ ਪ੍ਰੇਮ ਕਰਕੇ ਸਜਾ ਕੇ ਰੱਖਦੇ ਸੀ, ਵਿਆਹ ਤੇ ਸਿੱਖਿਆ ਦਿੱਤੀ ਹੋਈ ਸੀ। ਅੱਜ ਕੱਲ੍ਹ ਅਸੀਂ ਇੰਨੇ ਕਾਲੇ ਵਿੱਚ ਹੁੰਦੇ ਹਾਂ ਵੀ ਪੈਰਿਸ ਪੈਲਸ ਤੇ ਉਹ ਇਹੋ ਜਿਹੇ ਅਸੀਂ ਦਿਖਾਵਾ ਬਣਾ ਲਿਆ ਹੋਇਆ ਕਿ ਅਸੀਂ ਵਿਆਹ ਵੇਲੇ ਸਿੱਖਿਆ ਹੀ ਵਿਸਾਰ ਦਿੰਦੇ। ਅਸੀਂ ਕਹਿੰਦੇ ਹਾਂ 20 ਮਿੰਟ ਅੱਧੇ ਘੰਟੇ ਦੇ ਵਿੱਚ ਫਟਾਫਟ ਕਾਰਵਾਈ ਪੂਰੀ ਕਰੋ। ਔਰ ਸਿੱਖਿਆ ਸਿੱਖ ਰਹਿਤ ਮਰਿਆਦਾ ਵਿੱਚ ਕਮਾਲ ਦੀ ਗੱਲ ਲਿਖੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਆਨੰਦ ਕਾਰਜ ਦੇ ਬਾਰੇ ਕਿ ਸਿੱਖਿਆ ਕਿਵੇਂ ਕਰਨੀ ਹੈ। ਪਹਿਲਾਂ ਮੁੰਡੇ ਨੂੰ ਸਿੱਖਿਆ ਦੇਣੀ ਹੈ ਜਿਹਦਾ ਵਿਆਹ ਹੋ ਰਿਹਾ ਹੈ,
ਉਹਨੂੰ ਸਿੱਖਿਆ ਕੀ ਕੀ ਕਹਿ ਜਾਂਦਾ ਵੀ ਇਹ ਲੜਕੀ ਵਾਲਿਆਂ ਨੇ ਤੈਨੂੰ ਸਭ ਤੋਂ ਵਧੀਆ ਜਾਣ ਕੇ ਤੈਨੂੰ ਆਪਣੀ ਮਰਜ਼ੀ ਤੈਨੂੰ ਦੇ ਰਹੇ ਨੇ, ਤੂੰ ਇਹਦਾ ਧਿਆਨ ਕਰਨਾ ਹੈ। ਫਿਰ ਲੜਕੀ ਨੂੰ ਕਹਿੰਦੇ ਆ ਵੀ ਇਹ ਤੇਰਾ ਭਰਤਾ ਹੈ, ਤੇਰਾ ਪਤੀ ਹੈ, ਤੂੰ ਇਸ ਤੋਂ ਇਲਾਵਾ ਕਿਸੇ ਹੋਰ ਵੱਲ ਨਹੀਂ ਵੇਖਣਾ, ਤੂੰ ਐਸੇ ਘਰ ਵਿੱਚ ਇੱਥੇ ਹੀ ਵਸਣਾ ਹੈ। ਫਿਰ ਦੋਨਾਂ ਨੂੰ ਉਪਦੇਸ਼ ਦਿੱਤਾ ਜਾਂਦਾ ਹੈ। ਇੱਕ ਬੜੀ ਕਮਾਲ ਦੀ ਗੱਲ, ਜਿਹੜੀ ਸਾਡੀ ਲੜਾਈ ਹੁੰਦੀ ਹੈ, ਕਿਹੜੀ ਲੜਾਈ ਹੁੰਦੀ ਹੈ ਘਰਾਂ 'ਚ, ਨੂੰ ਤੇ ਬੜਾ ਬਦਨਾਮ ਕਰ ਦਿੱਤਾ ਸੀ ਇਹ ਰਿਸ਼ਤਾ। ਸਿੱਖ ਰਹਿਤ ਮਰਿਆਦਾ, ਪੰਚ ਪ੍ਰਵਾਨਿਤ ਰਹਿਤ ਮਰਿਆਦਾ ਵਿੱਚ ਦਰਜ, ਮੈਂ ਪੜ੍ਹ ਕੇ ਹੈਰਾਨ ਹੋ ਗਿਆ। ਉਹਦੇ 'ਚ ਕਿਹਾ ਵੀ ਵਿਆਹ ਦੇ ਸਮੇਂ ਜਿਹੜੀ ਸਿੱਖਿਆ ਦੇਣੀ ਹੈ, ਲੜਕੇ ਨੂੰ ਕਹਿਣਾ ਅੱਜ ਤੋਂ ਬਾਅਦ ਲੜਕੀ ਦੇ ਮਾਤਾ ਪਿਤਾ ਵੀ ਤੇਰੇ ਮਾਤਾ ਪਿਤਾ ਦੇ ਬਰਾਬਰ ਨੇ, ਤੇ ਲੜਕੀ ਨੂੰ ਕਹਿਣਾ ਕਿ ਇਹ ਜਿਹੜੇ ਤੇਰੇ ਮਾਤਾ ਪਿਤਾ ਨੇ ਇਹ ਵੀ ਤੇਰੇ ਆਪਣੇ ਮਾਤਾ ਪਿਤਾ ਦੇ ਸਮਾਨ ਨੇ, ਉਹਨਾਂ ਨੂੰ ਓਨਾ ਹੀ ਆਦਰ ਦੇਣਾ। ਸਾਰ ਸੰਗਤ ਜੀ, ਅਸੀਂ ਸਾਰਾ ਕੁਛ ਅਮਰੀਕਾ, ਕੈਨੇਡਾ, ਇੰਗਲੈਂਡ ਤੋਂ ਸਿੱਖਣਾ ਸ਼ੁਰੂ ਕੀਤਾ ਹੈ ਨਾ, ਇਹ ਸੱਸ ਦਾ ਇੰਗਲਿਸ਼ ਕੀ ਕਹਿੰਦੇ ਨੇ ਸੱਸ ਨੂੰ? ਹਾਂ, ਫਟਾਫਟ ਬੋਲ ਦਿੱਤਾ ਜੀ ਤੁਸੀਂ। ਸਹੁਰੇ ਨੂੰ ਕੀ ਕਹਿੰਦੇ ਨੇ? ਹਾਂ, ਇੱਕ ਦਿਨ ਮੈਂ ਸੋਚਿਆ ਵੀ ਇਹ ਸ਼ਬਦ ਹੈ ਫਾਦਰ ਇਨ ਲਾ, ਲਾ ਮੈਨੇ ਕਾਨੂੰਨ, ਵੀ ਮੇਰਾ ਪਿਓ ਨਹੀਂ ਹੈਗਾ, ਇਹ ਤਾਂ ਕਾਨੂੰਨੀ ਤੌਰ ਤੇ ਪਿਓ ਹੈ ਤੇਰਾ, ਇਹ ਸ਼ਬਦ ਹੀ ਗਲਤ ਹੈ। ਮੈਂ ਸੋਚਣਾ ਵੀ ਸ਼ਬਦ ਨੂੰ ਬਦਲ ਗਈ ਹੈ, ਅਸੀਂ ਆਪਣੇ ਗੁਰਮਤ ਵਾਲੇ ਇਹਦੀ ਇੰਗਲਿਸ਼ ਬਣਾ ਲਈ ਹੈ ਮਦਰ ਇਨ ਲਵ, ਫਾਦਰ ਇਨ ਲਵ। ਕਦੇ ਕਰਕੇ ਦੇਖੋ, ਲਵ ਪਿਆਰ ਕਰਕੇ ਮੇਰੀ ਮਾਤਾ ਹੈ, ਪਿਆਰ ਕਰਕੇ ਮੇਰਾ ਪਿਤਾ ਹੈ, ਜਾਂ ਮੇਰੇ ਪਿਆਰੇ ਦੀ ਮਾਂ ਹੈ, ਹੈ ਨਾ? ਮੈਂ ਆਪਣੇ ਪਤੀ ਨੂੰ ਪਿਆਰ ਕਰਦੀ ਹਾਂ, ਇਹ ਉਹਨਾਂ ਦੀ ਮਾਤਾ ਜੀ, ਇਹ ਉਹਨਾਂ ਦੇ ਪਿਤਾ ਜੀ। ਬੜੀ ਗਲਤ ਗੱਲਾਂ ਅਸੀਂ ਆਪਣੀ ਲੜਕੀਆਂ ਨੂੰ ਸਿਖਾਉਣਾ ਸ਼ੁਰੂ ਕਰ ਦਿੱਤੀਆਂ ਵੀ ਪਤਾ ਨਹੀਂ ਤੇਰੇ ਸਹੁਰੇ ਘਰ 'ਚ ਕੀ ਹੋਏਗਾ, ਕਿਵੇਂ ਦੀ ਸੱਸ ਮਿਲੇਗੀ, ਪਹਿਲਾਂ ਹੀ ਉਹਨੂੰ ਡਰਾ ਦਿੰਦੇ ਵੀ ਮਾੜੀ ਮਿਲੇਗੀ। ਜਦਕਿ ਸੱਚੀ ਗੱਲ ਹੈ ਸਾਰੀਆਂ ਸੱਸਾਂ ਮਾੜੀਆਂ ਨਹੀਂ। ਇੱਕ ਪਤਾ ਨਹੀਂ ਅਖਾਣ ਕਿੱਥੋਂ ਬਣ ਗਿਆ ਹੈ, ਕਹਿੰਦੇ ਜੀ ਸੱਪ ਵਿੱਚ ਇੱਕ ਸੱਸਾ ਹੁੰਦਾ ਹੈ ਤੇ ਸੱਸ ਵੀ, ਸੋ ਹੈ ਨਾ, ਅਸੀਂ ਇਹਨੂੰ ਬਦਲ ਦਿੱਤਾ ਜੇ। ਅਸੀਂ ਕਹਿੰਦੇ ਹਾਂ ਸੁੱਖ ਵਿੱਚ ਇੱਕ ਸੱਸਾ ਹੁੰਦਾ ਜੇ ਸੱਸ ਵਿੱਚ, ਸੋ ਪਰ ਸੱਸਾ ਬੜਾ ਸੁੱਖ ਵੀ ਦਿੰਦੀਆਂ ਜੇ। ਅੱਛਾ ਸਤਸੰਗ ਜੀ, ਸੱਚੀ ਗੱਲ ਹੈ, ਪਤਾ ਨਹੀਂ ਇੱਥੇ ਦਾ ਕੀ ਹਾਲ ਹੈ, ਮੈਂ ਲੁਧਿਆਣੇ ਆਪਣੀ ਯੂਨੀਵਰਸਿਟੀ 'ਚ ਦੇਖਦਾ, ਹੋਰ ਬਹੁਤ ਸਾਰੀਆਂ ਬਜ਼ੁਰਗ ਇਸਤਰੀਆਂ ਸੱਸਾਂ ਜਿਹੜੀਆਂ ਨੇ ਉਹਨਾਂ ਨੇ ਵੀ ਆਪਣੇ ਆਪ ਨੂੰ ਬਦਲਿਆ ਹੈ। ਹੁਣ ਉਹ ਪੁਰਾਣੀਆਂ ਫਿਲਮੀ ਸੱਸਾਂ ਜਾਂ ਟੀਵੀ 'ਚ ਜਿਹੜੀਆਂ ਦਿਖਾਈ ਜਾਂਦੀਆਂ ਨੇ ਉਹੋ ਜਿਹੀਆਂ ਨਹੀਂ ਹੈਗੀਆਂ। ਉਹਨਾਂ ਨੇ ਵੀ ਦੇਖਿਆ ਵੀ ਇਹ ਬੱਚੇ ਬੱਚੀ ਹੁਣ ਪੜ੍ਹ ਲਿਖ ਕੇ ਨੇ, ਇਹਨਾਂ ਦੀ ਆਪਣੀ ਜ਼ਿੰਦਗੀ, ਅਸੀਂ ਬਹੁਤੀ ਦਖਲਅੰਦਾਜ਼ੀ ਨਾ ਕਰੀਏ। ਇੱਕ ਗੱਲ ਇੱਕ ਵਾਰੀ ਕਹੀ ਹੈ, ਹੁਣ ਜੀਵਨ ਇਹਨਾਂ ਨੇ ਸੰਭਾਲ। ਹਾਂ, ਇੱਕ ਹੋਰ ਬੜੀ ਜ਼ਰੂਰੀ ਚੀਜ਼ ਆਨੰਦਮਈ ਪਰਿਵਾਰਿਕ ਜੀਵਨ ਵਾਸਤੇ, ਉਹ ਸਾਡੇ ਸਾਰਿਆਂ ਦੇ ਕੋਲ ਹੈਗੀ ਹੈ ਜੀ, ਇੱਕ ਕਾਮਨ ਚੀਜ਼ ਸਾਡੇ ਸਾਰਿਆਂ ਕੋਲ, ਜ਼ਰੂਰ ਬੀਬੀਆਂ ਕੋਲ ਵੀ ਹੋਣ, ਕਹਿੰਦੇ ਆ ਸਾਹਮਣੇ ਕਹੀ ਹੋਈ ਹੈ, ਕਿਹੜੀ ਚੀਜ਼ ਹੈ ਜੀ? ਇਸ ਯੰਤਰ ਨੇ ਸਾਡੇ ਬਹੁਤਿਆਂ ਦੇ ਘਰ ਤਬਾਹ ਕੀਤੇ, ਉਜਾੜੇ ਹੋਏ ਜਿਹੜੇ ਛੋਟੇ ਜਿਹੇ ਯੰਤਰ ਨੇ। ਕਿਵੇਂ ਜੀ? ਕਮਿਊਨੀਕੇਸ਼ਨ ਦੀ ਲਾਈਨ ਵਿੱਚ ਕਿਹਾ ਜਾਂਦਾ ਹੈ ਵੀ ਆਰ ਦੀ ਮੋਸਟ ਓਵਰ ਕਮਿਊਨੀਕੇਟਿਡ ਜਨਰੇਸ਼ਨ ਇਨ ਦਾ ਹਿਸਟਰੀ ਆਫ ਮੈਨਕਾਈਂਡ। ਅੱਜ ਤੱਕ ਜਿੱਦਾਂ ਦਾ ਮਨੁੱਖ ਪੈਦਾ ਹੋਇਆ ਨਾ, ਇੰਨੀ ਜ਼ਿਆਦਾ ਕਮਿਊਨੀਕੇਸ਼ਨ ਨਹੀਂ ਹੋਈ ਜਿੰਨੀ ਅੱਜ ਹੋ ਰਹੀ ਹੈ। ਤੇ ਉਹ ਕਿਹਦੇ ਨਾਲ ਹੁੰਦੀ ਸੀ? ਫੋਨ ਤੇ। ਕਿੰਨੀ ਦੇਰ? 2 ਮਿੰਟ? ਨਹੀਂ, ਅੱਧਾ ਅੱਧਾ ਘੰਟਾ, ਘੰਟਾ ਘੰਟਾ ਫੋਨ ਤੇ ਲੱਗੇ ਰਹੇ। ਅੱਗੇ ਕਦੇ ਪਤੀ ਪਤਨੀ ਦੀ ਲੜਾਈ ਹੁੰਦੀ ਸੀ ਨਾ, ਤੇ ਇਸਤਰੀ ਨੇ ਪੇਕੇ ਜਾਣਾ 6 ਮਹੀਨੇ ਬਾਅਦ, ਸਾਲ ਬਾਅਦ, ਉਹ ਗੱਲਾਂ ਭੁੱਲ ਜਾਂਦੀ ਸੀ। ਹੁਣ ਕੀ ਹੁੰਦਾ ਜੀ? ਹੁਣੇ ਗੱਲ ਹੋਈ, ਹੁਣੇ ਫੋਨ, ਮੰਮੀ ਮੈਨੂੰ ਐਵੇਂ ਕਹਿ ਦਿੱਤਾ, ਉਹ ਵੀਰ ਮੈਨੂੰ ਐਵੇਂ ਕਹਿ ਦਿੱਤਾ, ਅੱਗੋਂ ਉਧਰੋਂ ਇੰਸਟਰਕਸ਼ਨ ਆਉਂਦੀ ਹੈ ਤੂੰ ਐਵੇਂ ਕਰ, ਤੂੰ ਐਵੇਂ ਕਰ। ਖਿਮਾ ਕਰਨਾ ਲੜਕੇ ਨੂੰ, ਲੜਕੇ ਵਾਲੇ ਵਿਗਾੜ ਰਹੇ ਨੇ ਤੇ ਲੜਕੀ ਨੂੰ ਅਣਭੋਲ ਹੀ। ਮੈਂ ਕਹਿ ਰਿਹਾ ਕਈ ਮਾਵਾਂ ਆਪਣੀ ਬੱਚੀਆਂ ਦਾ ਜੀਵਨ ਆਪ ਤਬਾਹ ਕਰ ਰਹੀ ਹੈ। ਸਤ ਸੰਗਤ ਜੀ, ਇੰਨੇ ਡਾਈਵੋਰਸ, ਇੰਨੇ ਤਲਾਕ, ਤੁਸੀਂ ਇੱਥੇ ਟੀਵੀ ਤੇ ਦੇਖਿਆ ਹੋਵੇਗਾ ਕਿ ਅਸੀਂ ਵਕੀਲ ਸਾਹਿਬ ਨੂੰ ਬੁਲਾਇਆ, ਉਹ ਕਹਿੰਦੇ ਅੱਗੇ ਸਿਵਲ ਤੇ ਕ੍ਰਿਮੀਨਲ ਦੋ ਤਰ੍ਹਾਂ ਦੇ ਵਕੀਲ ਹੁੰਦੇ ਸੀ ਨਾ, ਹੁਣ ਮੈਟ੍ਰੀਮੋਨੀਅਲ ਵਕੀਲ ਵੀ ਆ ਗਏ ਨੇ। ਕੇਸ ਹੀ ਇੰਨੇ ਜ਼ਿਆਦਾ ਹੁੰਦੇ ਨੇ, ਉਹ ਕਹਿੰਦੇ ਜੀ ਉਹ ਲੜਦੇ ਹੀ ਵਿਆਹ ਵਾਲੇ ਕੇਸ ਲੜਦੇ,
ਤੇ ਅਸੀਂ ਕਿਹਾ ਥੋੜੀ ਅੰਦਰਲੀ ਗੱਲ ਦੱਸੋ। ਕਹਿੰਦੇ ਜੀ ਜਿਹੜਾ ਵਕੀਲ ਕੋਲ ਚਲਾ ਗਿਆ ਨਾ, ਵਕੀਲ ਘਰ ਉਜਾੜ ਦੇਗਾ। ਉਹ ਕਹਿੰਦਾ ਜੀ ਦਾਜ ਦੀ ਗੱਲ ਕੋਈ ਨੀ ਹੈਗੀ। ਕਹਿੰਦਾ ਨਾ ਨਾ ਨਾ, ਲਿਖ ਤੂੰ ਵੀ ਦਾਜ ਨਹੀਂ ਮੰਗਦੇ ਸੀ, ਤਾਂ ਹੀ ਤਾਂ ਕੇਸ ਸਟਰੋਂਗ ਹੋਏਗਾ। ਪੂਰਾ ਹੀ ਪਾ ਦਿੱਤਾ, ਕਿਵੇਂ ਦਾ ਸਮਾਜ ਬੰਦਾ ਜਾ ਰਿਹਾ। ਇਹ ਕਾਹਦੀ ਪੜ੍ਹਾਈ ਲਿਖਾਈ ਹੋਈ, ਕਾਹਦੀ PhD ਹੋਈ, ਕਿਹੜੀ ਐਡਵਾਂਸਮੈਂਟ ਹੋਈ। ਸਾਡੇ ਅੰਦਰ ਸਹਿਣ ਸ਼ਕਤੀ ਨਹੀਂ ਰਹਿ। ਅਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਬਣਾਇਆ ਵੀ ਨਹੀਂ ਤੂੰ ਹਾਵੀ ਰਹਿਣਾ, ਤੂੰ ਹਾਵੀ ਰਹਿਣਾ। ਫੋਕੀ ਹਾਵੀ ਰਹਿਣ ਦੇ ਪਿੱਛੇ ਆਪਣੇ ਬੱਚੇ ਦਾ, ਆਪਣੀ ਬੱਚੀ ਦਾ ਘਰ ਅਸੀਂ ਉਜਾੜ ਦੇ। ਸਤਿ ਸ੍ਰੀ ਜੀ, ਮੈਂ ਬੇਨਤੀ ਕਰਾਂਗਾ ਬੱਚਿਆਂ ਨੂੰ ਚੰਗੇ ਸੰਸਕਾਰ ਦੇਈਏ। ਕੇਵਲ ਉਹਨਾਂ ਨੂੰ ਚੰਗੇ ਸਕੂਲ, ਚੰਗੀ ਪੜ੍ਹਾਈ, ਚੰਗਾ ਮੋਟਰਸਾਈਕਲ, ਚੰਗੇ ਖਿਡੌਣੇ, ਚੰਗੇ ਕੱਪੜੇ ਨਹੀਂ, ਚੰਗੇ ਸੰਸਕਾਰ ਦੇ। ਬੱਚੀ ਨੂੰ ਵੀ ਤੇ ਬੱਚੇ ਨੂੰ ਵੀ ਦੋਹਾਂ। ਔਰ ਜਿੰਨੀ ਅਸੀਂ ਘੱਟ ਕਮਿਊਨੀਕੇਸ਼ਨ ਕਰਾਂਗੇ, ਮੈਂ ਤੇ ਕਹਿਣਾ ਸ਼ੁਰੂ ਕਰ ਦਿੱਤਾ ਭਾਈ। ਇੱਕ ਛੋਟੇ ਹੁੰਦਿਆਂ ਮੈਂ ਗੱਲ ਕਿਸੇ ਦੀ ਸੁਣੀ ਸੀ, ਇੱਕ ਬੇਟੀ ਦਾ, ਜਦੋਂ ਸਾਡੇ ਤੋਂ ਬਹੁਤ ਵੱਡੇ ਸੀ, ਉਹਨਾਂ ਜਦੋਂ ਉਹਨਾਂ ਦਾ ਅਨੰਦ ਕਾਰਜ ਹੋਇਆ, ਜਦੋਂ ਘਰ ਆਏ ਸੀ ਵਾਪਸ, ਤੇ ਮੈਂ ਕਿਸੇ ਵੇਲੇ ਉਹਨਾਂ ਦੇ ਘਰ ਸੀ। ਉਹ ਆ ਕੇ ਆਪਣੇ ਸਹੁਰੇ ਘਰ ਦੀ ਗੱਲ ਸੁਣਾਉਣ ਲੱਗੀ ਤੇ ਉਹਦੇ ਪਿਤਾ ਜੀ ਨੇ ਰੋਕ ਦਿੱਤਾ ਵੀ ਉਧਰ ਦੀ ਕੋਈ ਮਾੜੀ ਗੱਲ ਸਾਨੂੰ ਨਹੀਂ ਸੁਣਾਉਣੀ। ਹੁਣ ਤੇਰਾ ਘਰ ਉਹ ਹੈ ਜਿਵੇਂ ਤੂੰ ਸਾਡੇ ਘਰ ਦੇ ਪਰਦੇ ਕੱਢਦੀ ਹੈ ਨਾ, ਤੇਰੀ ਡਿਊਟੀ ਹੈ ਤੂੰ ਉਹਨਾਂ ਦੇ ਘਰ ਦੇ ਪਰਦੇ ਵੀ ਕੱਢ। ਪਰ ਅਸੀਂ ਤੇ ਕਹਿੰਦੇ ਖੁਸ਼ ਹੋ ਗਏ, ਸੁਣਾ ਉਹਨਾਂ ਦੀ ਗੱਲ ਕੀ। ਰੋਕ ਦਈਏ ਵੀ ਤੇਰਾ ਘਰ ਉਹ ਹੈ, ਤੂੰ ਉਹਨਾਂ ਦੀ ਗਲਤ ਗੱਲ ਨਹੀਂ ਸੁਣਾਉਣੀ ਸਾਨੂੰ। ਇਹ ਸੰਸਕਾਰ ਪੁਰਾਣੇ ਲੋਕ ਉਹਨਾਂ ਨੇ ਆਪਣੇ ਬੱਚਿਆਂ ਨੂੰ ਦਿੱਤੇ ਤੇ ਉਹਨਾਂ ਦੇ ਘਰ ਵਸੇ। ਅੱਜ ਸਾਡੇ ਚੋਂ ਇਹ ਗੱਲਾਂ ਨਿਕਲ ਗਈਆਂ। ਸਾਧ ਸੰਗਤ ਜੀ, ਜੋ ਨਿਮਰਤਾ ਵਿੱਚ ਸੁੱਖ ਹੈ ਉਹ ਆਕੜ ਵਿੱਚ, ਹੈਂਕੜ ਵਿੱਚ ਸੁੱਖ ਨਹੀਂ। ਪੁੱਛ ਕੇ ਦੇਖੋ। ਇੱਕ ਨੌਜਵਾਨ ਬੇਟਾ ਬਿਲਕੁਲ ਤਿਆਰੀ ਤੇ ਸੀ ਤਲਾਕ ਲੈਣ ਦੇ, ਮੇਰੇ ਕੋਲ ਯੂਨੀਵਰਸਿਟੀ ਆ ਗਿਆ। ਮੈਨੂੰ ਕਹਿੰਦਾ ਡਾਕਟਰ ਸਾਹਿਬ ਮੈਂ ਬਹੁਤ ਪਰੇਸ਼ਾਨ ਹਾਂ ਆਪਣੀ ਵਾਈਫ ਤੋਂ, ਮੈਂ ਡਾਈਵੋਰਸ ਤੇ ਵਕੀਲ ਵੀ ਕਰ ਲਿਆ ਤੇ ਮੈਂ ਪੇਪਰ ਸਾਈਨ ਕਰਾ ਲੱਗਾ, ਤੁਸੀਂ ਮੇਰੀ ਮਦਦ ਕਰੋ। ਉਹਨੇ ਅੱਧਾ ਘੰਟਾ ਆਪਣੀ ਵਾਈਫ ਦੀਆਂ ਗੱਲਾਂ ਸੁਣਾਈਆਂ। ਮੈਂ ਉਹਦੀ ਵਾਈਫ ਨੂੰ ਨਹੀਂ ਸੀ ਮਿਲਿਆ। ਜਦੋਂ ਉਹਨੇ ਅੱਧਾ ਘੰਟਾ ਗੱਲਾਂ ਸੁਣਾਤੀਆਂ, ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਪੜ੍ਹੇ ਲਿਖੇ ਹੋ, ਤੁਹਾਡੀਆਂ ਅੱਧਾ ਘੰਟਾ ਗੱਲਾਂ ਸੁਣ ਕੇ ਵੀ ਮੈਨੂੰ ਲੱਗ ਰਿਹਾ ਕਿ ਤੁਸੀਂ ਹੀ ਗਲਤ ਹੋ। ਖੁਦ ਪੈਰਾਂ ਤੇ ਜ਼ਮੀਨ ਨਿਕਲੀ। ਕਹਿੰਦਾ ਮੈਂ ਤੁਹਾਨੂੰ ਇੰਨੀਆਂ ਗੱਲਾਂ ਸੁਣਾਈਆਂ। ਮੈਂ ਕਿਹਾ ਨਹੀਂ, ਤੁਸੀਂ ਉਹਦੀਆਂ ਗੱਲਾਂ ਸੁਣਾ ਦਿੱਤੀਆਂ ਨੇ, ਤੁਸੀਂ ਇਹ ਵੀ ਸੁਣਾਇਆ ਕਿ ਉਹਨੇ ਗੱਲ ਕਰਨ ਤੋਂ ਪਹਿਲਾਂ ਤੁਸੀਂ ਕਿਵੇਂ ਦਾ ਮਾਹੌਲ ਪੈਦਾ ਕੀਤਾ। ਜ਼ਰੂਰੀ ਨਹੀਂ ਕਿ ਉਹਨੇ ਸ਼ਾਂਤੀ ਔਰ ਸਹਿਜ ਵਿੱਚ ਇਹ ਗੱਲਾਂ ਨਹੀਂ ਹੋਈਆਂ, ਗੁੱਸੇ 'ਚ ਗੱਲਾਂ ਬੋਲੀਆਂ ਜਾਂਦੀਆਂ ਨੇ ਕਈ। ਤੁਸੀਂ ਵੀ ਕਰਦੇ ਹੋਵੋਗੇ, ਉਹ ਵੀ ਕਰਦੀ। ਕਹਿੰਦੇ ਨਹੀਂ ਜੀ, ਤੁਸੀਂ ਵਿੱਚੇ ਪਵੋ। ਮੈਂ ਕਿਹਾ ਜੀ ਮੈਂ ਵਿੱਚੇ ਪਵਾਂਗਾ ਵਸਾਉਣ ਵਾਸਤੇ, ਤੋੜਨ ਵਾਸਤੇ ਨਹੀਂ ਪਵਾਂਗਾ। ਜੇ ਵਸਣ ਲਈ ਤਿਆਰ ਹੋ ਮੈਂ ਪਹਿਲਾਂ ਵਿੱਚ। ਜੇ ਤੁਸੀਂ ਫੈਸਲਾ ਕਰ ਲਿਆ ਕਿ ਮੈਂ ਤੇ ਡਾਈਵੋਰਸ ਲੈਣਾ, ਫਿਰ ਉਹਨੂੰ ਇੱਕ ਹੋਰ ਸੱਜਣ ਨੇ ਬੜਾ ਵਧੀਆ ਸਮਝਾਇਆ। ਉਹਨੂੰ ਜਾ ਕੇ ਕਹਿੰਦਾ ਜੀ ਮੇਰੀ ਵਾਈਫ ਦੀ ਤਾਂ ਦਿਮਾਗੀ ਹਾਲਤ ਨਹੀਂ ਠੀਕ। ਉਹ ਕਹਿੰਦੇ ਜੀ ਭਗਤ ਪੂਰਨ ਸਿੰਘ ਨੇ ਇੰਨੀਆਂ ਬੀਬੀਆਂ ਸਾਂਭੀਆਂ ਸੀ ਜਿਨ੍ਹਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ, ਤੂੰ ਇੱਕ ਨਹੀਂ ਸਾਂਭ ਸਕਦਾ। ਜੇ ਤੇਰੀ ਗੱਲ ਨਹੀਂ ਮੰਨ ਲਈਏ, ਜੇ ਤੇਰੀ ਇਹ ਗੱਲ ਨਹੀਂ ਮੰਨ ਲਈਏ। ਪਰ ਨਹੀਂ, ਅਸੀਂ ਇਹ ਬਹਾਨੇ ਮਾਰਦੇ ਹਾਂ, ਦੂਜੇ ਤੇ ਦੋਸ਼ ਲਾਉਂਦੇ। ਲੋੜ ਕੀ ਹੈ, ਅਸੀਂ ਸੋਚਦੇ ਹਾਂ ਵੀ ਤਲਾਕ ਲੈ ਲਾਂਗੇ, ਦੂਜਾ ਬਹੁਤ ਵਧੀਆ ਮਿਲੇਗਾ ਘਰ ਤੋਂ। ਇਕੱਠੇ ਰਹਿਣ ਵਿੱਚ ਮੁਸ਼ਕਿਲ ਹੈ, ਤਲਾਕ ਲੈਣ ਤੋਂ ਬਾਅਦ ਹੋਰ ਵੱਧ ਮੁਸ਼ਕਿਲਾਂ। ਆਓ ਆਪਣੇ ਆਪਣੇ ਘਰਾਂ ਦੇ ਆਨੰਦ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ। ਕਹਿੰਦੇ ਨੇ ਦਾ ਫੈਮਿਲੀ ਦੈਟ ਪ੍ਰੇਸ ਟੁਗੈਦਰ ਸਟੇਸ ਟੁਗੈਦਰ। ਜਿਨ੍ਹਾਂ ਘਰਾਂ ਵਿੱਚ ਇਕੱਠੇ ਪਾਠ ਹੁੰਦਾ ਹੋਏਗਾ, ਸਵੇਰੇ ਨਿਤਨੇਮ ਇਕੱਠੇ ਬੈਠ ਕੇ ਕਰਦੇ ਹੋਣਗੇ, ਰਾਤ ਦਾ ਗੁੱਸਾ ਸਵੇਰੇ ਪਾਠ ਕੀਤਾ ਦੂਰ ਹੋ ਗਿਆ, ਸਾਰੇ ਦਿਨ ਦਾ ਗੁੱਸਾ ਸ਼ਾਮੀ ਸੋਦਾ ਦਾ ਪਾਠ ਇਕੱਠੇ ਰਲ ਕੇ ਕੀਤਾ ਦੂਰ ਹੋ ਗਿਆ। ਆਪਣੇ ਹਿਰਦੇ ਵੱਡੇ ਕਰੀਏ। ਅਸੀਂ ਮਕਾਨ ਵੱਡੇ ਕਰ ਰਹੇ ਹਾਂ, ਕੋਠੀਆਂ ਵੱਡੀਆਂ ਕਰ ਰਹੇ ਹਾਂ, ਹਿਰਦੇ ਸਿੰਗੜੀ ਜਾ ਰਹੇ। ਬਹੁਤ ਪਿਆਰੀ ਗੱਲ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਸ਼ੇਖ ਫਰੀਦ ਜੀ ਦੀ, ਕਿ ਕਿਹੜੇ ਗੁਣ ਨੇ ਜਿਹਦੇ ਨਾਲ ਵਸ ਤੰਤ ਵਸ ਚੱਲਦਾ, ਕਿਹੜੇ ਫਰਮਾਨ ਨਿਵਣ ਸੋ ਅੱਖਰ ਨਵਣ ਗੁਣ ਜਿਹੇ ਪਾ। ਇਹ ਤ੍ਰੈ ਭੈਣੇ ਇਸ ਕਰ
ਖਿਮਾ ਦਾ ਗੁਣ ਬਹੁਤ ਵੱਡਾ ਜੀ। ਖਿਮਾ ਮਤਲਬ ਮਾਫ ਕਰ, ਕਹਿੰਦੇ ਕਮਜ਼ੋਰ ਬੰਦਾ ਕਿਸੇ ਨੂੰ ਨਹੀਂ ਮਾਫ ਕਰ ਸਕਦਾ, ਜਿਹਦੇ ਅੰਦਰ ਆਪਣੇ ਆਚਰਣ ਦੀ ਤਾਕਤ ਹੈ ਨਾ, ਉਹੀ ਕਿਸੇ ਨੂੰ ਮਾਫ ਕਰ ਸਕਦਾ। ਪਰ ਮਾਫ ਕਰਨ ਦਾ ਇੰਨਾ ਆਨੰਦ ਆ ਜਾਂਦਾ, ਜਿਹਨੂੰ ਮਾਫ ਕੀਤਾ ਉਹਨੂੰ ਤੇ ਆਨੰਦ ਬਾਅਦ ਚੋਂ ਆਉਣਾ, ਸਾਨੂੰ ਪਹਿਲਾਂ ਆਨੰਦ ਆ ਜਾਂਦਾ। ਕਿਵੇਂ ਸਤ ਸੰਗਤ ਜੀ, ਜੇ ਤੁਸੀਂ ਮੈਨੂੰ ਹੁਣੇ 30-40 ਕਿਲੋ ਦਾ ਸਮਾਨ ਮੇਰੇ ਸਿਰ ਤੇ ਰੱਖ ਦਿਓ ਜਾਂ ਟੈਚੀ ਮੈਨੂੰ ਫੜਾ ਦਿਓ ਵੀ ਲਾ ਕੇ ਸਰਬਜੀਤ ਸਿੰਘ ਜੀ ਫੜ ਕੇ ਜਦੋਂ ਉੱਥੇ ਤੱਕ ਛੱਡ ਆਓ, ਮੈਂ ਕਿਵੇਂ ਚੱਲਾਂ? ਮੈਂ ਭਾਰ ਤੇ ਕਿਹਾ ਹੈ ਨਾ, ਮੈਂ ਐਵੇਂ ਐਵੇਂ ਚੱਲਾਂ ਬੜੇ ਭਾਰ ਦੇ ਵਿੱਚ ਹੌਲੀ ਹੌਲੀ ਚੱਲਾਂ, ਤੇ ਜੇ ਮੈਂ ਵੈਸੇ ਹੀ ਜਾਣਾ ਹੋਇਆ ਤਾਂ ਮੈਂ ਤੁਰੰਤ ਪਹੁੰਚ ਜਾਵਾਂ। ਇਹ ਤੇ ਦੁਨਿਆਵੀ ਭਾਰ, ਸਮਾਨ ਦਾ ਭਾਰ 5-10 ਮਿੰਟ ਲਈ ਛੱਡਣਾ ਤੇ ਸਾਡੀ ਹਾਲਤ ਖਰਾਬ ਹੋ ਜਾਂਦੀ। ਇਹ ਜਿਹੜਾ ਗੁੱਸੇ ਦਾ ਭਾਰ, ਬਦਲਾ ਲੈਣ ਦਾ ਭਾਰ, ਸਬਕ ਸਿਖਾਉਣ ਦਾ ਭਾਰ ਅਸੀਂ ਚੁੱਕਦੇ ਹਾਂ ਨਾ, ਉਹਦੇ ਕਰਕੇ ਹੀ ਤੇ ਅਸੀਂ ਕੁਛ ਨਹੀਂ ਰਹਿੰਦੇ, ਉਹਦੇ ਕਰਕੇ ਹੀ ਤੇ ਦੱਸ ਹੀ ਹੈ। ਕਹਿੰਦੇ ਨੇ ਕੀ ਟੂ ਹੈਪੀਨੈਸ ਇਸ ਬੈਡ ਮੈਮਰੀ, ਕੀ ਮੈਨੇ ਚਾਬੀ, ਹੈਪੀਨੈਸ ਖੁਸ਼ੀ, ਮੈਮਰੀ ਜਾਂ ਬੈਡ ਮਾੜੀ ਯਾਦ। ਮੈਨੂੰ ਯਾਦ ਹੀ ਨਹੀਂ ਮੇਰੀ ਵਾਈਫ ਨੇ ਉਸ ਸਾਲ ਕੀ ਕਿਹਾ ਸੀ, ਉਦੋਂ ਕੀ ਕਿਹਾ ਸੀ, ਉਦੋਂ ਕੀ ਕਿਹਾ ਸੀ, ਜੇ ਸਾਰਾ ਕੁਝ ਮੈਂ ਯਾਦ ਰੱਖਾਂਗਾ ਤੇ ਮੇਰੇ ਮਨ ਤੇ ਭਾਰ ਹੋਏਗਾ, ਭਾਰ ਹੋਏਗਾ ਤੇ ਮੈਂ ਖੁਸ਼ ਨਹੀਂ ਹੋਵਾਂ, ਤੇ ਜੇ ਮੈਂ ਭੁਲਾ ਦਿਆਂਗਾ, ਖਿਮਾ ਕਰ ਦਿਆਂਗਾ। ਮੈਂ ਤੇ ਕਦੇ ਕਦੇ ਕਹਿੰਦਾ ਜੀ ਸਾਰਾ ਕੁਝ ਆਟੋਮੈਟਿਕ ਹੋ ਗਿਆ ਨਾ, ਸਾਨੂੰ ਖਿਮਾ ਵੀ ਆਟੋ ਖਿਮਾ ਕਰਨੀ ਨਹੀਂ ਚਾਹੀਦੀ। ਕਿਹੜੀ ਖਿਮਾ ਜੀ? ਆਟੋ ਖਿਮਾ ਮਤਲਬ ਉਹਨੇ ਮੰਗੀ ਵੀ ਨਹੀਂ ਆਈ ਮਾਫ਼ੀ, ਮੈਂ ਆਪਣੇ ਆਪ ਮਾਫ਼ ਕਰਤਾ, ਚੱਲ ਕੋਈ ਗੱਲ ਨਹੀਂ, ਚੱਲ ਛੱਡ। ਲੈਟ ਗੋ ਗ੍ਰਜਿਸ, ਜਿੰਨੇ ਮਨ ਵਿੱਚ ਗੁੱਸੇ, ਗਿਲੇ, ਤਾਨੇ, ਮਿਹਨੇ ਰੱਖੇ ਹੋਏ ਨੇ ਨਾ, ਉਹ ਛੱਡ ਦੇਈਏ, ਕਹਿ ਦੇਈਏ, ਖਿਮਾ ਕਰ ਦੇਈਏ ਵੀ ਕੋਈ ਨਹੀਂ, ਪਿੱਛੇ ਜੋ ਬੀਤਿਆ ਸੋ ਬੀਤਿਆ, ਮੈਂ ਭੁੱਲ ਗਿਆ। ਕਦੇ ਕਰਕੇ ਦੇਖੋ ਕਿਵੇਂ ਘਰਾਂ ਵਿੱਚ ਸੁੱਖ ਸ਼ਾਂਤੀ ਆਉਂਦੀ। ਸਤਸੰਗ ਜੀ, ਆਪਣੇ ਘਰ ਦਾ ਆਨੰਦ ਸਾਡੇ ਆਪਣੇ ਵਸ ਤੇ, ਕਿਸੇ ਹੋਰ ਦੇ ਵਸ ਤੇ, ਆਪਣੇ ਮਨ ਨੂੰ ਸਮਝਾਉਣਾ ਹੈ। ਅਸਲ ਚ ਗੁਰਦੁਆਰੇ ਆ ਕੇ ਅਸੀਂ ਕੇਵਲ ਬਾਹਰੀ ਸਰੂਪ ਨਹੀਂ ਸੀ ਧਾਰਨ ਕਰਨਾ, ਅਸੀਂ ਕਰਤਾਰ ਵੀ ਪਾ ਲਏ, ਸਰੂਪ ਵੀ ਧਾਰਨ ਕਰ ਲਿਆ, ਪਰ ਮਨ ਜਿਹੜਾ ਹੈ ਨਾ ਉਹਨੂੰ ਨਹੀਂ ਸਮਝਿਆ। ਪਾਤਸ਼ਾਹ ਕਮਾਲ ਕਰਦੇ ਨੇ ਬਾਣੀ ਚ, ਕਹਿੰਦੇ ਨੇ ਗੁਰ ਕੈ ਸ਼ਬਦ ਬਣਾਓ ਇਹ ਮਨ, ਸਹੀ ਕਿਰਪਾ ਕਰੀ ਬਾਰ ਬਾਰ ਪੜੀਏ ਮੁਸਕਰਾ ਕੇ, ਗੁਰ ਕੈ ਸ਼ਬਦ ਬਣਾਓ ਇਹ ਮਨ, ਗੁਰ ਕੈ ਸ਼ਬਦ, ਗੁਰੂ ਦੇ ਸ਼ਬਦ ਅਨੁਸਾਰ ਬਣਾਓ, ਬਣਾਓ ਕਿਹਨੂੰ ਬਣਾਓ? ਮਨ ਨੂੰ ਬਣਾਓ। ਮਨ ਬੁਰੇ ਪਾਸੇ ਜਾਂਦਾ ਹੈ, ਰੋਕ ਲਓ। ਮਨ ਬਦਲਾ ਲੈਣਾ ਚਾਹੁੰਦਾ ਹੈ, ਰੋਕ ਲਓ। ਮਨ ਹੰਕਾਰ ਕਰਦਾ ਹੈ, ਰੋਕ ਲਓ। ਕਿੰਨੀ ਕਮਾਲ ਦੀ ਗੱਲ ਫਰੀਦ ਜੀ ਕਹਿੰਦੇ ਨੇ, ਇਹ ਅਸਲ ਚ ਸਮਾਜ ਵਿਗੜ ਤਾਂ ਰਿਹਾ, ਧਰਮ ਤੋਂ ਦੂਰ ਜਾ ਰਿਹਾ। ਅਸੀਂ ਸੋਚਦੇ ਹਾਂ ਵੀ ਪੜ੍ਹਾਈ ਲਿਖਾਈ, ਸਕੂਲ ਕਾਲਜ ਦੀ ਪੜ੍ਹਾਈ ਲਿਖਾਈ ਜ਼ਰੂਰੀ ਹੈ, ਜਿੰਨੀ ਉਹ ਜ਼ਰੂਰੀ ਹੈ ਉਨੀ ਗੁਰਬਾਣੀ ਦੀ ਪੜ੍ਹਾਈ ਜ਼ਰੂਰੀ ਹੈ। ਸੇਖ ਫਰੀਦ ਜੀ ਕਹਿੰਦੇ ਨੇ ਗੁੱਸਾ ਮਨ ਨਾ ਹੰਡਾਈ, ਗੁੱਸਾ ਮਨ ਨਾ ਹੰਡਾਈ ਦਾ ਮਤਲਬ ਕੀ? ਖਿਮਾ ਕਰਨਾ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਗੁੱਸਾ ਆ ਹੀ ਕਰ ਗਿਆ ਹੈ ਨਾ, ਲੇਕਿਨ ਇਹ ਹੈ ਵੀ ਜੇ ਕੋਸ਼ਿਸ਼ ਕਰਦੇ ਰਹੀਏ ਤੇ ਉਹਦੀ ਡਿਗਰੀ ਘਟੀ ਕਰਦੀ ਹੈ। ਪਹਿਲਾਂ 90 ਡਿਗਰੀ ਦਾ ਗੁੱਸਾ ਆਉਂਦਾ ਸੀ, ਫਿਰ 80 ਡਿਗਰੀ ਦਾ, ਫਿਰ 70 ਡਿਗਰੀ ਦਾ ਆਉਂਦਾ, ਹੁਣ ਵੀ ਆ, ਫਿਰ 10 ਡਿਗਰੀ ਦਾ ਆਉਂਦਾ, 20 ਡਿਗਰੀ ਦਾ ਆਉਂਦਾ। ਪਰ ਫਰੀਦ ਜੀ ਕਹਿੰਦੇ ਨੇ ਗੁੱਸਾ ਮਨ ਨਾ ਹੰਡਾਏ, ਹੰਡਾਏ ਮਤਲਬ ਉਹਨੂੰ ਚੱਕੀ ਨਾ ਰੱਖ। ਜੇ ਮੈਨੂੰ 1 ਮਿੰਟ ਗੁੱਸਾ ਆਇਆ, ਅਗਲੇ ਪਲ ਮੈਂ ਸ਼ਾਂਤ ਹੋ ਗਿਆ, ਤੇ ਮੈਂ ਆਪਣੇ ਆਪ ਨੂੰ ਕਹਾਂ ਕਿ ਹੁਣ ਨਹੀਂ ਕਰਨਾ ਗੁੱਸਾ, ਮੈਂ ਆਪਣੇ ਆਪ ਨੂੰ ਸਮਝਾਵਾਂ, ਤੇ ਇੱਕ ਹੈਗਾ ਗੁੱਸਾ ਚੁੱਕੀ ਰੱਖਣਾ, 1 ਹਫ਼ਤਾ, 1 ਮਹੀਨਾ, 1 ਸਾਲ ਗੁੱਸਾ ਰੱਖੀ ਰੱਖਣਾ। ਉਹ ਫਲਾਂ ਰਿਸ਼ਤੇਦਾਰ ਨੇ ਕਿਹਾ ਸੀ ਨਾ ਮੈਨੂੰ, ਉਹਨੇ ਤੇ ਬਾਅਦ ਚ ਪਰੇਸ਼ਾਨ ਹੋਣਾ, ਜਿੰਨੀ ਦੇਰ ਅਸੀਂ ਚੱਕੀ ਰੱਖਿਆ ਉਹਦੀ ਪਰੇਸ਼ਾਨ ਨਹੀਂ ਜਾਂਦੇ। ਗੁੱਸਾ ਮਨ ਨਾ ਹੰਡਾਏ। ਕਿਸੇ ਨੇ ਬੜੀ ਪਿਆਰੀ ਸਿੱਖਿਆ ਦਿੱਤੀ ਨੌਜਵਾਨ ਬੱਚਿਆਂ ਨੂੰ,
ਨਵਾਂ ਨਵਾਂ ਵਿਆਹ ਹੋਇਆ ਸੀ ਤੇ ਆਨੰਦ ਕਾਰਜ ਦੇ ਸਮੇਂ ਉਹਨਾਂ ਨੂੰ ਬੁਲਾਇਆ ਕਿ ਤੁਸੀਂ ਬੱਚਿਆਂ ਨੂੰ ਸਿੱਖਿਆ ਦਿਓ। ਜ਼ਰੂਰ ਕੋਸ਼ਿਸ਼ ਕਰੀਏ ਸਾਧ ਸੰਗਤ ਜੀ, ਆਨੰਦ ਕਾਰਜ ਦੇ ਸਮੇਂ ਤੇ ਲਾਵਾਂ ਦੇ ਅਰਥ ਕਰਾਇਆ ਕਰੀਏ। ਹਰਜੀਤ ਜੀ ਕੋਲ, ਮਨਦੀਪ ਸਿੰਘ ਜੀ ਕੋਲ ਬੜਾ ਖਜ਼ਾਨਾ ਜੇ ਇੱਕ ਫੋਲਡਰ ਹੈਗਾ, ਉਹਦੇ ਸਾਰੇ ਅਰਥ ਲਿਖੇ ਹੋਏ ਨੇ ਲਾਵਾਂ ਦੇ ਤੇ ਮਰਿਆਦਾ ਦੀ ਸਾਰੀਆਂ ਗੱਲਾਂ ਲਿਖੀਆਂ ਹੋਈਆਂ। ਮੈਂ ਕਹਿੰਦਾ ਹਰ ਆਨੰਦ ਕਾਰਜ ਨੂੰ ਵੰਡਣਾ ਚਾਹੀਦਾ। ਇੱਥੇ ਭਾਈ ਸਾਹਿਬ ਲਾਵਾਂ ਪੜ੍ਹਨ ਤੇ ਅਸੀਂ ਸਾਰੇ ਨਾਲ ਨਾਲ ਪੜ੍ਹੀਏ। ਮੈਨੂੰ ਗੱਲ ਹੁਣੇ ਜਾ ਕੇ ਪਿਛਲੇ ਸਾਲ ਸਮਝ ਆਈ ਕਿ ਲਾਵਾਂ ਜਿਹੜੀਆਂ ਨੇ ਨਾ ਉਹ ਕਿਹਦੇ ਵਾਸਤੇ ਹੁੰਦੀਆਂ ਨੇ, ਹੁੰਦੇ ਕੋਈ ਹੱਥ ਆਪਾਂ ਇਹੀ ਸੋਚਦੇ ਹਾਂ ਵੀ ਆ ਲਾਵਾਂ ਨੇ, ਚਾਰ ਲਾਵਾਂ ਇਹਨਾਂ ਵਾਸਤੇ ਨੇ, ਇਹਨਾਂ ਨੇ ਲਾਵਾਂ ਲੈਣੀਆਂ ਨੇ। ਨਹੀਂ ਸਾਧ ਸੰਗਤ ਜੀ, ਉਹ ਲਾਵਾਂ ਸਾਰੀਆਂ ਸਾਡੇ ਸਾਰਿਆਂ ਵਾਸਤੇ ਜੇ ਉਹ ਦੋਨਾਂ ਦਾ ਦੁਨਿਆਵੀ ਵਿਆਹ ਹੋਣਾ ਹੈ ਤੇ ਜੇ ਅਸੀਂ ਲਾਵਾਂ ਧਿਆਨ ਨਾਲ ਸੁਣਾਂਗੇ ਸਾਡਾ ਵੀ ਵਿਆਹ ਹੋਏਗਾ। ਕਿਹਦੇ ਨਾਲ? ਪਰਮਾਤਮਾ ਨਾਲ। ਮੇਰਾ ਹਜੇ ਤੱਕ ਵਿਆਹ ਨਹੀਂ ਹੋਇਆ। ਤੁਹਾਡਾ ਹੋ ਗਿਆ ਜੀ? ਤੁਹਾਡਾ ਹੋ ਗਿਆ? ਨਹੀਂ ਹੋਇਆ। ਤਾਂ ਦੁਨਿਆਵੀ ਵਿਆਹ ਹੋਇਆ। ਅਸਲ ਸਾਡਾ ਵਿਆਹ ਹੋਣਾ ਹੈ ਪਰਮਾਤਮਾ ਦੇ ਨਾਲ। ਜਗਤ ਵਿੱਚ ਇੱਕੋ ਪੁਰਖ ਹੈ, ਅਸੀਂ ਸਾਰੇ ਨਾਰਾ ਹਾਂ। ਤੇ ਮੈਂ ਕਦੇ ਕਦੇ ਸੋਚਦਾ ਬੀਬੀਆਂ ਜਲਦੀ ਪਰਮਾਤਮਾ ਨੂੰ ਮਿਲ ਸਕਦੀਆਂ ਨੇ ਕਿ ਕਿਉਂਕਿ ਇਹਨਾਂ ਨੂੰ ਫਿਰ ਦੀ ਚਾਹਨਾ ਦਾ ਅਹਿਸਾਸ ਹੁੰਦਾ ਹੈ। ਸਾਨੂੰ ਮਰਦਾਂ ਨੂੰ ਪਹਿਲਾਂ ਇਸਤਰੀ ਰੂਪ ਉਹ ਭਾਵਨਾ ਲਿਆਣੀ ਪਏਗੀ, ਫਿਰ ਪਰਮਾਤਮਾ ਨੂੰ ਪਤੀ ਕਰਕੇ ਪਾਉਣਾ ਪਏਗਾ। ਖੈਰ ਜੀ, ਸਾਧ ਸੰਗਤ ਜੀ, ਉਸ ਪਰਿਵਾਰ ਬੜਾ ਸੁਚੇਤ ਪਰਿਵਾਰ ਸੀ, ਉਹਨੇ ਆਪਣੇ ਆਨੰਦ ਕਾਰਜ ਤੇ ਲਾਵਾਂ ਦੇ ਇਸ ਤਰ੍ਹਾਂ ਦੇ ਅਰਥ ਕਰਾਏ। ਫਿਰ ਇੱਕ ਚੰਗੇ ਸੱਜਣ ਨੂੰ ਬੁਲਾਇਆ ਕਿ ਦੋਨੋਂ ਬੱਚੇ ਬੱਚੀ ਨੂੰ ਸਿੱਖਿਆ ਵੀ ਦਿਓ। ਮੈਂ ਉਹ ਸੁਣੀ ਜੀ ਗੱਲ, ਬੜੀ ਪਿਆਰੀ ਸਿੱਖਿਆ ਉਹਨਾਂ ਨੇ ਦਿੱਤੀ। ਉਹ ਕਹਿੰਦੇ ਨੇ ਬੇਟਾ ਬੇਟੀ ਨੂੰ ਕਿ ਬੱਚਿਓ, ਤੁਸੀਂ ਅਲੱਗ ਸ਼ਹਿਰ, ਅਲੱਗ ਸਕੂਲ, ਅਲੱਗ ਮਾਹੌਲ ਵਿੱਚ ਪੜ੍ਹੇ, ਬੇਟੀ ਤੂੰ ਵੀ ਕਿਤੇ ਹੋਰ ਪੜ੍ਹੀ, ਅੱਜ ਤੋਂ ਬਾਅਦ ਤੁਸੀਂ ਦੋਵੇਂ ਇਕੱਠੇ ਰਹਿਣ ਲੱਗ ਪਏ। ਦੋਵੇਂ ਅਲੱਗ ਅਲੱਗ ਬੈਕਗ੍ਰਾਉਂਡ ਤੋਂ ਆਏ ਹੋ, ਤੁਹਾਨੂੰ ਆਪਸ ਵਿੱਚ ਐਡਜਸਟ ਕਰਨ ਨੂੰ ਥੋੜ੍ਹਾ ਜਿਹਾ ਸਮਾਂ ਲੱਗੇਗਾ। ਦੋਵੇਂ ਤਿਆਰ ਰਹੋ ਤੇ ਪਹਿਲੀ ਗੱਲ ਧਿਆਨ ਰੱਖਣਾ ਵੀ ਇੱਕ ਦੂਜੇ ਦੀ ਕਈ ਗੱਲ ਦਾ ਗੁੱਸਾ ਨਹੀਂ। ਤੇ ਨਾਲ ਹੀ ਕਹਿੰਦੇ ਨੇ ਮੈਂ ਜਿੰਨੀ ਮਰਜ਼ੀ ਕਹਿ ਲਵਾਂ ਨਾ ਤੁਸੀਂ ਗੁੱਸਾ ਕਰੋਗੇ ਹੀ ਕਰੋਗੇ, 6 ਮਹੀਨੇ ਨੂੰ ਕਰੋਗੇ, ਸਾਲ ਨੂੰ ਕਰੋਗੇ, 2 ਸਾਲ ਨੂੰ ਕਰੋਗੇ, ਜ਼ਰੂਰ ਗੁੱਸਾ ਆਏਗਾ ਵੀ ਇਹਨਾਂ ਨੇ ਐਵੇਂ ਕਿਉਂ ਕੀਤਾ। ਉਹ ਕਹੇਗਾ ਵੀ ਤੁਸੀਂ ਐਵੇਂ ਕਿਉਂ ਕੀਤਾ, ਵਾਈਫ ਨੇ ਐਵੇਂ ਕਿਉਂ ਕੀਤਾ। ਕਹਿੰਦੇ ਜੇ ਪਹਿਲੀ ਗੱਲ ਤੇ ਫਿਸਲ ਜਾਓ ਨਾ ਫਿਰ ਦੂਜੇ ਪੁਆਇੰਟ ਦਾ ਧਿਆਨ ਰੱਖਣਾ। ਜਿਹੜੇ ਗੁੱਸਾ ਜਦੋਂ ਚੜਿਆ ਹੋਵੇ ਗੁੱਸੇ ਵਿੱਚ ਕੋਈ ਫੈਸਲਾ ਨਾ ਲੈਣ। ਆਮ ਤੌਰ ਤੇ ਕਈ ਗੁੱਸੇ 'ਚ ਫੈਸਲਾ ਲੈ ਲੈਂਦੇ, ਅੱਜ ਤੋਂ ਬਾਅਦ ਉਹਦੇ ਘਰ ਨਹੀਂ ਜਾਣਾ, ਮੈਂ ਅੱਜ ਤੋਂ ਬਾਅਦ ਐਵੇਂ ਨਹੀਂ ਕਰਨਾ, ਮੈਂ ਅੱਜ ਤੋਂ ਬਾਅਦ ਐਵੇਂ ਨਹੀਂ ਕਰਨਾ, ਗੁੱਸੇ 'ਚ ਫੈਸਲਾ ਲੈ ਲੈਂਦੇ। ਦੋਨਾਂ ਬੱਚੇ ਬੱਚੇ ਨੂੰ ਪੁੱਛਿਆ ਵੀ ਹਾਂ ਵੀ ਨਹੀਂ ਲਓਗੇ ਨਾ ਫੈਸਲਾ? ਉਹ ਕਹਿੰਦੇ ਨਹੀਂ ਲਵਾਂਗੇ। ਕਹਿੰਦੇ ਨਹੀਂ, ਇੱਥੋਂ ਵੀ ਤੁਸੀਂ ਫਿਸਲ ਜਾਓਗੇ। ਇਹ ਵੀ ਬੜਾ ਔਖਾ, ਜਦੋਂ ਗੁੱਸਾ ਚੜਿਆ ਹੁੰਦਾ ਸੀ ਕੋਈ ਨਾ ਕੋਈ ਫੈਸਲਾ ਲੈ ਲੈਂਦੇ ਹਾਂ। ਕਹਿੰਦੇ ਜੀ ਫਿਰ ਤੀਸਰੇ ਨੁਕਤੇ ਦਾ ਧਿਆਨ ਰੱਖਣਾ, ਜਦੋਂ ਮਨ ਸ਼ਾਂਤ ਹੋ ਜਾਏ ਤੇ ਗੁੱਸੇ ਵਿੱਚ ਲਏ ਹੋਏ ਫੈਸਲੇ ਤੇ ਅਮਲ ਨਾ ਕਰ। ਜੇ ਤਾਂ ਇਹ ਗੱਲਾਂ ਦਾ ਧਿਆਨ ਰੱਖੋਗੇ ਫਿਰ ਪਰਿਵਾਰ ਤੁਹਾਡਾ ਸੁਖੀ ਵਸੇ। ਸਤ ਸੰਗਤ ਜੀ, ਅਸਲ ਵਿੱਚ ਜਦੋਂ ਪਤੀ ਪਤਨੀ ਨੂੰ ਸੱਸ ਇੱਕ ਦੂਜੇ ਵਿੱਚ ਪਰਮਾਤਮਾ ਦੀ ਜੋਤ ਦੇਖਣਾ ਸ਼ੁਰੂ ਕਰ ਦੇਣਾ, ਲੜਾਈ ਦਾ ਚਾਹ ਸੀ ਖਤਮ ਹੋ ਜਾਵੇ। ਇਹ ਸਾਰੇ ਅਸੀਂ ਪਰਮਾਤਮਾ ਦੀਆਂ ਰੂਹਾਂ ਬੈਠੀਆਂ ਹੈ। ਜੇ ਕੋਈ ਬੋਲਦਾ ਹੈ ਨਾ, ਉਹ ਬੰਦਾ ਨਹੀਂ ਬੋਲਦਾ ਜੇ, ਅਸਲ ਵਿੱਚ ਪਰਮਾਤਮਾ ਉਹਦੇ ਕੋਲ ਬੁਲਾਉਂਦਾ ਜੇ। ਤੇ ਕਿਉਂ ਬੁਲਾਉਂਦਾ? ਸਾਡੇ ਸਬਰ ਨੂੰ ਵਧਾਉਣ ਵਾਸਤੇ। ਇੱਕ ਬੰਦੇ ਨੇ ਆਪਣੀ ਵਾਈਫ ਦਾ ਨਾਂ ਰੱਖਿਆ ਹੋਇਆ ਸੀ ਟੋਲਰੈਂਸ ਟੀਚਰ। ਕਹਿੰਦੇ ਮੇਰੀ ਟੀਚਰ ਹੈ ਕਿਹੜੇ ਸਬਜੈਕਟ ਦੀ? ਮੈਥਮੈਟਿਕਸ ਦੀ, ਸਾਇੰਸ ਦੀ? ਕਹਿੰਦੇ ਨਹੀਂ, ਇਹ ਟੋਲਰੈਂਸ ਸਿਖਾ ਰਹੀ ਹੈ, ਮੈਨੂੰ ਸਹਿਣ ਸ਼ਕਤੀ ਸਿਖਾਉਂਦੀ ਹੈ। ਮੈਂ ਦੇਖਦਾ ਵੀ ਇਹ ਕਿੰਨਾ ਬੋਲਦੀ ਹੈ ਤੇ ਮੈਂ ਕਿੰਨਾ ਕੁ ਸਹਿਣ ਕਰ ਸਕਦਾ। ਘਰ ਵਿੱਚ ਖੇੜਾ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ, ਆਨੰਦ ਦਾ ਮਾਹੌਲ ਲੈ ਕੇ ਆਈਏ। ਮੈਂ ਤੇ ਸਾਧ ਸੰਗਤ ਜੀ ਸੋਚਦਾ ਅਸੀਂ ਹੱਸਣਾ ਵੀ ਭੁੱਲ ਗਏ। ਮੈਂ ਆਪਣੀ ਯੂਨੀਵਰਸਿਟੀ ਵਿੱਚ ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਪੜ੍ਹਾਉਂਦਾ ਸੀ। ਮਾਸ ਕਮਿਊਨੀਕੇਸ਼ਨ ਸਾਰੇ ਸਮਝਦੇ ਹੋਵੋਗੇ, ਟੀਵੀ, ਰੇਡੀਓ, ਅਖਬਾਰਾਂ ਦੇ ਜਿਹੜੇ ਪੱਤਰਕਾਰ ਹੁੰਦੇ।
ਮੈਂ ਇੱਕ ਦਿਨ ਆਪਣੀ ਕਲਾਸ ਦੇ ਬੱਚਿਆਂ ਨੂੰ ਪੁੱਛਿਆ ਵੀ ਤੁਹਾਨੂੰ ਸਭ ਤੋਂ ਵਧੀਆ ਸੀਰੀਅਲ ਕਿਹੜਾ ਲੱਗਦਾ ਟੀਵੀ ਦਾ? ਅੱਜ ਕੱਲ੍ਹ ਤੇ ਅਸੀਂ ਖੁਸ਼ੀ ਦੀ ਗੱਲ ਜੇ ਲੋਕਾਂ ਦਾ ਟੀਵੀ ਦੇਖਣ ਦਾ ਟਾਈਮ ਘੱਟ ਰਿਹਾ ਜੀ, ਪਤਾ ਨੀ ਇੱਥੇ ਦਾ ਤੇ ਮੈਨੂੰ ਪਤਾ ਨੀ। ਜਿਵੇਂ ਜਿਵੇਂ ਲੋਕ ਸਿਆਣੇ ਹੁੰਦੇ ਜਾ ਰਹੇ ਨੇ ਟੀਵੀ ਦੇਖਣ ਦਾ ਟਾਈਮ ਘਟੀ ਜਾ ਰਿਹਾ। ਉਹ ਕਹਿੰਦੇ ਟਾਈਮ ਵੇਸਟ ਹੈ ਤੇ ਟੀਵੀ ਇਹ ਚੱਲ ਰਿਹਾ, ਬੜੀ ਪੁਰਾਣੀ ਗੱਲ ਹੈ। ਤੇ ਬੱਚਿਆਂ ਨੂੰ ਮੈਂ ਪੁੱਛਿਆ ਵੀ ਕਿਹੜਾ ਸੀਰੀਅਲ ਚੰਗਾ ਲੱਗਦਾ? ਉਹ ਕਹਿੰਦੇ ਜੀ ਕਾਮੇਡੀ ਸੀਰੀਅਲ ਚੰਗੇ ਲੱਗਦੇ, ਲਾਫਟਰ ਚੈਨਲ, ਲਾਫਟਰ ਵਾਲੇ, ਹਸਾਣ ਵਾਲੇ। ਮੈਂ ਕਿਹਾ ਬੱਚਿਓ ਸੱਚੀ ਸੱਚੀ ਦੱਸਿਓ, ਜਦੋਂ ਹਸਾਉਂਦੇ ਨੇ ਤੇ ਤੁਸੀਂ ਜਾਂ ਤੁਹਾਡੇ ਘਰ ਵਾਲੇ ਕਿਵੇਂ ਹੱਸਦੇ ਨੇ? ਹੱਸ ਕੇ ਦਿਖਾਇਆ ਇਹਦੇ ਨਾਲ ਦੱਸੋ ਜੀ, ਆਪਣੇ ਘਰਾਂ ਚ ਵੀ ਹਸਾਉਂਦੇ ਨੇ, ਅਸੀਂ ਕਿਵੇਂ ਹੱਸਦੇ ਹਾਂ? ਬਹੁਤੇ ਕਰਕੇ ਅਸੀਂ ਐਵੇਂ ਹੱਸਦੇ ਹਾਂ, ਹੱਸਿਆ ਹੀ ਨਹੀਂ ਜਾਂਦਾ। ਠਾਕਾ ਲਾ ਕੇ ਹੱਸਣਾ ਤੇ ਉਹ ਕਹਿੰਦੇ ਵੀ ਅਸੀਂ ਪੇਂਡੂ ਹੈ ਜੀ। ਪੁਰਾਣੇ ਲੋਕ ਖਿੜਖਿੜਾ ਕੇ ਹੱਸਦੇ ਸੀ ਤੇ ਅੱਜ ਸਾਡੇ ਮੂੰਹ ਤੇ ਸਮਾਈ ਲਾਣੀ, ਬੜੇ ਅਗਲੇ ਨੂੰ ਬੜਾ ਕੋਸ਼ਿਸ਼ ਕਰਨੀ ਪੈਂਦੀ ਹੈ ਤਾਂ ਖੇਡਾ। ਆਓ ਆਪਣੇ ਘਰਾਂ ਵਿੱਚ ਹਾਸੇ ਦਾ ਮਾਹੌਲ ਸਿਰਜੀ, ਸਾਰਾ ਪਰਿਵਾਰ ਇਕੱਠੇ ਬਹਿ ਕੇ ਹੱਸਿਆ ਕਰੀਏ। ਇਹ ਗੱਲਾਂ ਸਾਡੇ ਵਾਸਤੇ ਨਹੀਂ, ਅਮਰੀਕਾ ਦੀਆਂ ਫੈਮਿਲੀਜ਼ ਵਿੱਚ ਵੀ ਇਹੀ ਪ੍ਰੋਬਲਮ ਹੈ। ਅਮਰੀਕਾ ਦੇ ਪੁਰਾਣੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਗੱਲ ਮੈਨੂੰ ਯਾਦ ਆਈ, ਬੜੀ ਪਿਆਰੀ। ਉਹਨਾਂ ਦੀ ਦੋ ਬੇਟੀਆਂ, ਓਬਾਮਾ ਦਾ ਨਾਮ ਸੁਣਿਆ ਕਰਿਆ, ਜਿਵੇਂ ਆਪਣੇ ਮਾਮਾ ਉੱਥੇ ਓਬਾਮਾ ਕਹਿੰਦੇ। ਕਹਿੰਦੇ ਓਬਾਮਾ ਦੇ ਘਰ ਦੇ ਵਿੱਚ ਜਦੋਂ ਉਹ ਰਾਤ ਨੂੰ ਕਹਿੰਦੇ ਡਿਨਰ ਇਕੱਠੇ ਕਰਨਾ ਚਾਹੀਦਾ, ਇਹ ਬੜਾ ਇੱਕ ਰਮਜ ਜੇ ਸਾਡੇ ਵੀ ਪੁਰਾਣੇ ਅਸੀਂ ਉਡੀਕਦੇ ਹੁੰਦੇ ਸੀ ਕਿ ਡੈਡੀ ਆ ਰਹੇ, ਸਾਰੇ ਆ ਰਹੇ, ਇਕੱਠੇ ਬਹਿ ਕੇ ਪ੍ਰਸ਼ਾਦਾ ਛਕਾਂਗੇ। ਇਕੱਠੇ ਬਹਿ ਕੇ ਪ੍ਰਸ਼ਾਦਾ ਛਕਣ 'ਚ ਬੜੀ ਬਰਕਤ ਜੇ। ਉਸ ਵੇਲੇ ਟੀਵੀ ਨਹੀਂ ਚੱਲਣਾ ਚਾਹੀਦਾ। ਤੇ ਓਬਾਮਾ ਦੇ ਘਰ ਵਿੱਚ ਜਦੋਂ ਡਿਨਰ ਕਰਦੇ ਨੇ ਨਾ, ਕਹਿੰਦੇ ਜੀ ਡਿਨਰ ਕਰਦੇ ਕਰਦੇ ਦੋ ਰਾਊਂਡ ਉਹਨਾਂ ਦੇ ਚੱਲਦੇ ਨੇ ਡਿਸਕਸ਼ਨ ਦੇ। ਪਹਿਲਾ ਰਾਊਂਡ ਹੁੰਦਾ ਰੋਜ਼ਿਸ ਰਾਊਂਡ, ਰੋਜ਼ਿਸ ਮਤਲਬ ਗੁਲਾਬ, ਗੁਲਾਬ ਮਤਲਬ ਖੁਸ਼ੀ ਦਾ ਚੰਗਾ ਰਾਊਂਡ। ਦੂਸਰਾ ਰਾਊਂਡ ਥੌਰਨਸ ਰਾਊਂਡ, ਕੰਡਿਆਂ ਦਾ ਰਾਊਂਡ। ਪਹਿਲੇ ਰਾਊਂਡ ਵਿੱਚ ਉਹ ਗੱਲਾਂ ਕਰਦੇ ਨੇ, ਅੱਜ ਕਿਹੜੀ ਵਧੀਆ ਗੱਲ ਮੇਰੇ ਨਾਲ ਹੋਈ, ਓਬਾਮਾ ਵੀ ਦੱਸਦਾ ਹੈ, ਆਪਣੀ ਵਾਈਫ ਵੀ ਦੱਸਦੀ ਹੈ, ਵੱਡੀ ਬੇਟੀ ਵੀ ਦੱਸਦੀ ਹੈ, ਮੇਰੇ ਸਕੂਲ ਐਵੇਂ ਹੋਇਆ, ਮੇਰੇ ਕਾਲਜ ਐਵੇਂ ਹੋਇਆ, ਛੋਟੀ ਵੀ ਦੱਸਦੀ ਹੈ। ਤੇ ਦੂਸਰੇ ਰਾਊਂਡ ਦੇ ਵਿੱਚ ਉਹ ਕਹਿੰਦੇ ਨੇ ਵੀ ਅੱਜ ਇਹ ਬੜਾ ਮੁਸ਼ਕਿਲ ਡਿਸੀਜਨ ਮੈਂ ਲਿਆ, ਇਹ ਬੜੀ ਔਖੀ ਗੱਲ ਆਈ ਸੀ, ਉਹਨੂੰ ਮੈਂ ਐਵੇਂ ਹੱਲ ਕੀਤਾ। ਮੈਂ ਜਲਦੀ ਇਹ ਗੱਲ ਪੜ੍ਹੀ, ਮੈਂ ਸੋਚਦਾ ਇਸ ਸਿਸਟਮ ਦੇ ਨਾਲ ਬੱਚਿਆਂ ਦਾ ਸਹਿਜ ਸੁਭਾਅ ਵਿਕਾਸ ਹੋ ਰਿਹਾ। ਬੱਚੀ ਦੇਖ ਰਹੀ ਹੈ ਮੇਰੇ ਪਾਪਾ ਨੇ ਇੱਕ ਔਖਾ ਡਿਸੀਜਨ ਕਿਵੇਂ ਲਿਆ, ਉਹਨੂੰ ਆਪਣੇ ਆਪ ਸਮਝ ਆ ਰਹੀ ਹੈ ਜਦੋਂ ਮੇਰੇ ਤੇ ਭੀੜ ਬਣੇ ਕਿ ਮੈਂ ਕਿਵੇਂ ਡਿਸੀਜਨ ਲੈਣਾ। ਆਓ ਆਪਣੇ ਘਰਾਂ ਦੇ ਵਿੱਚ ਮਿਲ ਕੇ ਬੈਠਣ ਦਾ ਮਾਹੌਲ, ਹੱਸਣ ਦਾ, ਖੇਡਣ ਦਾ, ਸ਼ੇਅਰਿੰਗ ਦਾ, ਬੱਚਿਆਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ। ਸਾਧ ਸੰਗਤ ਦੀ ਜਿਹੜੇ ਬੱਚੇ ਨਸ਼ੇ ਕਰਦੇ ਨੇ, ਹਿਮਾ ਕਰਨਾ ਮੈਂ ਬੱਚਿਆਂ ਦਾ ਦੋਸ਼ ਘੱਟ ਕੱਢਦਾ, ਮਾਤਾ ਪਿਤਾ ਦਾ ਵੱਧ ਦੱਸਦਾ। ਉਹਨਾਂ ਬੱਚਿਆਂ ਨੂੰ ਘਰ ਦੇ ਵਿੱਚੋਂ ਪਿਆਰ ਹੀ ਨਹੀਂ ਮਿਲਦਾ, ਪਾਪਾ ਕੋਲ ਸਮਾਂ ਹੀ ਨਹੀਂ ਬੱਚੇ ਦੀ ਗੱਲ ਸੁਣਨ ਦਾ। ਗਿਵ ਯੂਅਰ ਕਿਡਸ ਯੂਅਰ ਕੁਆਲਿਟੀ ਟਾਈਮ। ਕੁਆਲਿਟੀ ਟਾਈਮ ਦਾ ਮਤਲਬ ਹੈ ਉਸ ਵੇਲੇ ਕੋਈ ਹੋਰ ਕੰਮ ਨਹੀਂ ਕਰਨਾ, ਬੱਚੇ ਨੂੰ ਸਮਾਂ ਦਿਓ। ਹਰ ਰੋਜ਼ ਬੱਚੇ ਨੂੰ ਸੁਣੋ, ਅੱਜ ਕੀ ਹੋਇਆ ਬੇਟਾ ਤੇਰੀ ਕਲਾਸ ਵਿੱਚ, ਤੇਰੇ ਸਕੂਲ ਵਿੱਚ, ਅੱਜ ਖੇਡ ਦੇ ਮੈਦਾਨ ਵਿੱਚ ਕੀ ਹੋਇਆ। ਉਹਦੇ ਨਾਲ ਫਰੈਂਡਸ਼ਿਪ ਬਣਾ ਕੇ ਉਹਨਾਂ ਗੱਲਾਂ ਕਰੀਏ, ਜਦੋਂ ਘਰ ਵਿੱਚੋਂ ਪਿਆਰ ਮਿਲੇਗਾ, ਕੋਈ ਬੱਚਾ ਨਸ਼ੇ ਵੱਲ ਨਹੀਂ ਜਾਏਗਾ। ਅਸੀਂ ਸੋਚ ਲਿਆ ਪੇਰੈਂਟਸ ਨੇ ਵੀ ਅਸੀਂ ਤਾਂ ਪੈਸੇ ਦੇਣੇ ਨੇ ਬਸ। ਜਦੋਂ ਤੁਸੀਂ ਪੈਸੇ ਦਿੰਦੇ ਹੋ, ਪਿਆਰ ਨਹੀਂ ਦਿੰਦੇ, ਤੇ ਬੱਚਾ ਫਿਰ ਬਾਹਰ ਗਲਤ ਰਸਤੇ ਤੇ ਪੈਂਦਾ। ਆਓ ਆਪਣੇ ਪਿਆਰਾਂ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸਿਰਜੀਏ। ਮੈਨੂੰ ਲੱਗਦਾ ਸਮਾਂ ਕਾਫੀ ਹੋ ਗਿਆ, ਜੋ ਤੁਹਾਡੇ ਮਨ ਵਿੱਚ ਵਿਚਾਰ ਹੋਣ, ਕੋਈ ਸਵਾਲ ਜਵਾਬ ਹੋਣ, ਤੁਸੀਂ ਕਰ ਸਕਦੇ ਹੋ। ਅਸੀਂ ਇਹ ਸੋਚਦੇ ਹਾਂ ਵੀ ਗੁਰਦੁਆਰਾ ਜਿਹੜਾ ਹੈ ਨਾ, ਇਹ ਇਕੱਲਾ ਕਥਾ ਕੀਰਤਨ ਵਾਸਤੇ ਨਹੀਂ, ਸਾਡੇ ਘਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਗੁਰਬਾਣੀ ਵਿੱਚੋਂ ਉਹਨਾਂ ਦਾ ਵੀ ਹੱਲ ਮਿਲਦਾ। ਇੱਕ ਅਚੀਰਲੀ ਗੱਲ ਮੈਂ ਕਹਿ ਕੇ ਸਮਾਪਤੀ ਕਰਦਾ। ਮੈਂ ਹੁਣੇ ਇਸ ਪੁੱਲ ਦੇ ਕੋਲੋਂ ਜਿੱਥੋਂ ਆ ਰਹੇ ਸੀ, ਉੱਥੇ ਇੱਕ ਨੀਲੇ ਰੰਗ ਦਾ ਨਾਰਾ ਲਿਖਿਆ ਹੋਇਆ ਸੀ, ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ। ਸਾਰੇ ਬੋਲੇ ਸਾਦੇ ਵਿਆਹ ਨਾ ਕਰਜ਼ਾ ਨਾ ਚਿੰਤਾ ਰੋਗ। ਠੀਕ ਹੈ ਜੀ, ਮੈਂ ਦੇਖ ਰਿਹਾ ਜੀ ਅੱਗੇ ਕੋਈ ਨਾ ਕੋਈ ਅਸਰ ਜ਼ਰੂਰ ਪੈਂਦਾ ਜੀ ਇਸ ਗੱਲ ਦਾ। ਅਸੀਂ ਆਪਣੇ ਵਿਖਾਵੇ ਵਾਲੇ ਵਿਆਹ ਕਰ ਲਏ ਵੀ ਲੋਕੀ ਕੀ ਕਹਿਣਗੇ, ਇੰਨਾ ਵੱਡਾ
ਪੈਸਾ ਇਕੱਠ ਕਰਨਾ ਹੈ, ਇਹ ਕਰਨਾ ਹੈ, ਇਹ ਕਰਨਾ ਹੈ। ਕਰਜ਼ੇ ਲੈ ਕੇ ਵਿਆਹ ਕਰਨ ਲੱਗ ਗਏ ਤੇ ਕਰਜ਼ੇ ਲੈ ਕੇ ਭੋਗ ਵੀ ਪਾਉਣ ਲੱਗ ਗਏ ਵੀ ਬੜਾ ਵਧੀਆ ਵਧੀਆ ਪ੍ਰਸ਼ਾਦਾ ਛਕਾਣਾ ਜੀ, ਤਾਈ ਮਰੀ ਹੈ ਤੇ ਖਾਣਾ, ਉਹਦੀ ਡੈਥ ਹੋਈ ਹੈ ਤੇ ਇੰਨਾ ਵਿਖਾਵਾ ਕਰਨਾ ਹੈ। ਤੇ ਜਦੋਂ ਅਸੀਂ ਐਵੇਂ ਦੇ ਕਰਜ਼ੇ ਲੈਂਦੇ ਹਾਂ ਤੇ ਅਸੀਂ ਗਲਤ ਚੱਕਰ ਵਿੱਚ ਫਸ ਜਾਂਦੇ ਹਾਂ। ਬੜਾ ਆਨੰਦ ਜੀ ਸਾਦਗੀ ਦੇ ਵਿੱਚ, ਥੋੜੇ ਜਿਹੇ ਬੰਦੇ ਜਾਓ, ਬੜੇ ਪਰਿਵਾਰ ਦੇ ਨੇੜੇ ਵਾਲੇ, ਕਿਉਂ ਵਿਖਾਵਾ ਕਰਨਾ, ਕੀ ਮਿਲ ਜਾਣਾ ਬੜਿਆਂ ਨੂੰ ਬੁਲਾ ਕੇ। ਸਗੋਂ ਤੁਸੀਂ ਥੋੜੇ ਜਿਹੜੇ ਬੁਲਾਓਗੇ ਨਾ, ਬਾਕੀ ਕਹਿਣਗੇ ਪਤਾ ਨੀ ਇਹਨਾਂ ਨੇ ਮੈਨੂੰ ਕਿਉਂ ਨੀ ਬੁਲਾਇਆ, ਇਹ ਤਾਂ ਬੜਾ ਵਧੀਆ ਇਹਨਾਂ ਨੇ ਕੀਤਾ। ਸਾਰੇ ਲੋਕ ਤਾਰੀਫ ਕਰਦੇ ਜੀ ਅੰਦਰੋਂ, ਲੇਕਿਨ ਹਿੰਮਤ ਨਹੀਂ ਕਰ ਪਾਉਂਦੇ। ਅਸੀਂ ਕਹਿੰਦੇ ਕਿ ਨਹੀਂ ਵੱਡਾ ਇਕੱਠ ਕਰੋ, ਔਰ ਇੱਕ ਦਿਨ ਵਿੱਚ ਹੀ ਅਸੀਂ 5-10 ਲੱਖ ਰੁਪਏ ਉਜਾੜ ਦਿੰਦੇ, ਕੋਈ ਫਾਇਦਾ ਨਹੀਂ ਹੁੰਦਾ। ਦੇਖਾ ਦੇਖੀ ਐਡੀ ਵੱਡੀ ਸਜਾਵਟ ਕਰਨੀ ਹੈ, ਐਡਾ ਵੱਡਾ ਇਹਦੀ ਇੰਨੇ ਤਰ੍ਹਾਂ ਦੇ ਪਕਵਾਨ ਬਣਾਉਣੇ ਨੇ। ਸਿੱਖ ਇਤਿਹਾਸ ਵਿੱਚ ਗੁਰੂ ਸਾਹਿਬਾਨ ਦੇ ਵਿਆਹ ਸਾਦੇ ਹੋਏ ਸਨ। ਸਮਾਂ ਇੰਨਾ ਨਹੀਂ ਕਿ ਮੈਂ ਸਮਾਂ ਲੈ ਸਕਾਂ, ਪਰ ਇੱਕ ਬੇਨਤੀ ਮੈਂ ਜ਼ਰੂਰ ਕਰਾਂਗਾ, ਆਪਣੇ ਆਲੇ ਦੁਆਲੇ ਇਸ ਗੱਲ ਦਾ ਵੀ ਪ੍ਰਚਾਰ ਕਰੋ। ਜਦੋਂ ਵਿਆਹ ਦੇ ਵਿੱਚ ਗੁਰਦੁਆਰੇ ਵਿੱਚ ਗਿਣਤੀ ਵਧੇਗੀ, ਉੱਥੇ ਸਮਾਂ ਜ਼ਿਆਦਾ ਲੱਗੇਗਾ, ਉਹਨਾਂ ਪਰਿਵਾਰਾਂ ਦੇ ਵਿੱਚ ਰੂਹਾਨੀਅਤ ਆਏਗੀ, ਤੇ ਜਦੋਂ ਅਸੀਂ ਪੈਲਸਾਂ ਦੇ ਵਿੱਚ ਹੀ ਸਮਾਂ ਬਿਤਾ ਦਾਂਗੇ, ਤੇ ਸਾਧ ਸੰਗਤ ਜੀ ਫਿਰ ਉਹਨਾਂ ਪਰਿਵਾਰਾਂ ਦੇ ਵਿੱਚ ਫਿਰ ਸ਼ਰਾਬਾਂ ਹੀ ਆਉਣਗੀਆਂ, ਕਲਹਿ ਕਲੇਸ਼ ਹੀ ਆਏਗੀ। ਆਓ ਦੁਬਾਰਾ ਗੁਰੂ ਨਾਲ ਜੁੜੀਏ ਤੇ ਆਪਣੇ ਘਰਾਂ ਦੇ ਵਿੱਚ, ਆਪਣੇ ਹਿਰਦਿਆਂ ਵਿੱਚ ਆਨੰਦ ਲੈ ਆਈਏ। ਇਹਨੇ ਅੱਖਾਂ ਨਾਲ ਕੇ ਮਾਤਾ ਜੀ ਸਿੱਖਾਂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ।